ਚੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਪਿੰਡ ਸਿੰਧਮਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ ਤੇ ਇਧਰੋਂ ਧਨਵਾਦੀਆਂ ਆਪਣੇ ਨਵਜੀਤ ਸਿੰਘ ਹੋਰਾਂ ਦੇ ਜਿਹੜੇ ਖਬਰਾਂ ਸਰਾਂ ਦੀ ਸਾਂਝ ਪਾਉਣ ਦੇ ਵਾਸਤੇ ਆਪਣੇ ਨਾਲ ਜੁੜ ਗਏ। ਨਵਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਸੁਖਨੈਬ ਜੀ ਸਤਿ ਸ੍ਰੀ ਅਕਾਲ, ਸਭ ਸਰੋਤਿਆਂ ਨੂੰ ਵੀ, ਰੇਡੀਓ ਚੰਦ ਪ੍ਰਦੇਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ। ਔਰ ਕਿਸਾਨ ਸੰਘਰਸ਼ ਪੂਰਾ ਜੋਬਨ ਤੇ ਹੈ ਤੇ ਅੱਜ ਟਰੈਕਟਰ ਮਾਰਦੇ ਸੀ, ਫੁਕਾਰੇ ਫੋੜਦੇ ਫੁਕਾਰੇ ਵੱਜਦੇ ਸੀ ਤੇ ਕਿਤੇ ਹਾਰਨ ਕਿਤੇ ਡੀਜੇ ਬੜਾ ਕੁਝ ਚੱਲ ਰਿਹਾ ਸੀ ਤੇ ਕੀ ਰਹੂਗਾ ਜੀ ਫਿਰ ਕੱਲ ਨੂੰ ਇਹਦਾ ਅਸਰ? ਸੁਖਨੈਬ ਜੀ, ਸੰਤ ਰਾਮ ਉਦਾਸੀ ਹੋਣਾ ਨੇ ਇਹ ਕਵਿਤਾ ਲਿਖੀ ਸੀ ਕਿ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹਿੰਦੇ ਸੂਰਜਾ ਕਮੀਆਂ ਦੇ ਵਿਹੜੇ। ਅੱਜ ਦਿੱਲੀ ਵੀ ਸੂਰਜ ਨਿਕਲਿਆ ਨਵੀਂ ਉਮੀਦ ਨਵੀਂ ਆਸ ਲੈ ਕੇ। ਮੀਂਹ ਨੇ ਚੰਗਾ ਇਮਤਿਹਾਨ ਲਿਆ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਰਹੇ। ਵੈਸੇ ਵੀ ਹਰ ਰਾਤ ਤੋਂ ਬਾਅਦ ਸੂਰਜ ਤਾਂ ਚੜ੍ਹਨਾ ਹੀ ਹੁੰਦਾ ਤੇ ਦਿੱਲੀ ਵੀ ਚੜ੍ਹਨਾ ਹੀ ਸੀ। ਅੱਜ ਖਾਸ ਦਿਨ ਸੀ, ਗਣਤੰਤਰ ਦਿਵਸ ਦੇ ਪ੍ਰਸਤਾਵਿਤ ਕਿਸਾਨ ਪਰੇਡ ਦੀ ਰਿਹਰਸਲ ਵਜੋਂ ਅੱਜ ਹਜ਼ਾਰਾਂ ਕਿਸਾਨਾਂ ਨੇ ਕੁੰਡਲੀ ਮਨਿਸਟਰ ਪਲਵਾਲ KMP ਬਾਈਪਾਸ ਜਿਹਨੂੰ ਆਪਾਂ ਕਹਿੰਦੇ ਹਾਂ ਉਥੋਂ ਟਰੈਕਟਰ ਮਾਰਚ ਕੱਢਿਆ। ਜੋਸ਼ ਪੂਰਾ ਸੀ, 7,000 ਤੋਂ ਵੱਧ ਦਾ ਇਕੱਠ ਟਰੈਕਟਰਾਂ ਦਾ ਦਿੱਲੀ ਦੀਆਂ ਸੜਕਾਂ ਤੇ ਬਾਹਰਲੇ ਪਾਸੇ ਬਾਈਪਾਸ ਤੇ ਪੂਰਾ ਸੀ ਕਿ 26 ਤਰੀਕ ਦੀ ਪਰੇਡ ਨੂੰ ਇਸੇ ਤਰ੍ਹਾਂ ਹੀ ਟਰੈਕਟਰ ਲਾਈਨ ਦੇ ਵਿਚ ਲੱਗੇ ਹੋਊਗੇ। ਇਕ ਟਰੈਕਟਰ ਇਧਰ ਨੀ ਹੋਊਗਾ ਤੇ ਇਕ ਉਧਰ ਨੀ ਹੋਊਗਾ। ਦੁਨੀਆਂ ਵਿਚ ਅੱਜ ਬਹੁਤ ਵੱਡਾ ਮੈਸੇਜ ਗਿਆ, ਇਕੱਠ ਦਾ, ਇਕਜੁੱਟਤਾ ਦਾ, ਦ੍ਰਿੜਤਾ ਦਾ, ਦ੍ਰਿੜ ਇਰਾਦਿਆਂ ਦਾ, ਡਿਸਿਪਲਿਨ ਦਾ, ਸਿਦਕ ਦਾ, ਅਣਥੱਕ ਯਤਨਾਂ ਦਾ ਜੋ ਕਿਸਾਨ ਵੀਰ ਹਰ ਇਕ ਵਰਗ ਦੇ ਲੋਕ, ਮਾਈ ਭਾਈ, ਬੱਚੇ, ਬਜੁਰਗ ਸਾਰੇ ਹੀ ਕਰ ਰਹੇ ਨੇ। ਹੁਣ ਮਾਰਚ ਵਿਚ ਖਾਸ ਤੌਰ ਤੇ ਅੱਜ ਕੀ ਸੀ, ਟਰੇਡ ਯੂਨੀਅਨ ਦਾ ਸਾਥ ਮਿਲਿਆ, ਸਹਿਯੋਗ ਮਿਲਿਆ, ਬਹੁਤ ਸਾਰੀਆਂ ਲੇਬਰ ਯੂਨੀਅਨ ਦੇ ਆਗੂ ਉਥੇ ਪਹੁੰਚੇ, ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਅੱਜ ਆਏ, ਭਾਵੇਂ ਇਨ੍ਹਾਂ ਚੋਂ ਟਰੈਕਟਰ ਲੈ ਕੇ ਨਹੀਂ ਆਏ ਪਰ ਗਏ ਉਹ ਟਰੈਕਟਰਾਂ ਤੇ ਸਾਥ ਦੇਣ। ਉਚੇਚੇ ਤੌਰ ਤੇ ਕਿਸਾਨਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਕਿਉਂਕਿ ਦੂਰੋਂ ਦੂਰੋਂ ਚੱਲ ਕੇ ਆਏ। ਹੁਣ ਦੇਖੋ ਕਿਸਾਨ ਉੱਤਰ ਪ੍ਰਦੇਸ਼ ਤੋਂ ਵੀ ਆਏ ਪਰ ਜ਼ਿਆਦਾਤਰ ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿਚ ਮਾਰਚ ਕੀਤਾ ਕਿਉਂਕਿ ਡਿਊਟੀਆਂ ਲੱਗੀਆਂ ਸੀ ਹਰ ਇਕ ਦੀਆਂ ਕਿ ਤੁਸੀਂ ਕੋਸ਼ਿਸ਼ ਕਰਨੀ ਆ ਕਿ ਆਪਣੇ ਆਪਣੇ ਜ਼ਿਲ੍ਹੇ ਵਿਚ ਹੀ ਮਾਰਚ ਕੱਢਿਆ ਜਾਵੇ ਤਾਂ ਕਿ ਹਰ ਇਕ ਸੂਬੇ ਦੀ ਸਰਕਾਰ ਤੇ ਅਸਰ ਪਵੇ, ਖਾਸ ਕਰ ਜਿੱਥੇ ਜਿੱਥੇ ਕੇਂਦਰ ਸਰਕਾਰ ਨਾਲ ਸੰਬੰਧ ਰੱਖਦੇ ਆ। ਹੁਣ ਇਹਦਾ ਐਕਸ਼ਨ ਹੋਇਆ ਕਿ ਜੋਗੀ ਸਰਕਾਰ ਨੇ ਵੀ ਥੋੜਾ ਜਿਹਾ ਐਕਸ਼ਨ ਲਿਆ ਸੀ, ਉਹ ਵੀ ਗੱਲ ਕਰਦੇ ਆ। ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਤੇ ਭਾਵੇਂ ਫਿਰ ਉੱਤਰਾਖੰਡ ਦੀ ਗੱਲ ਹੋਵੇ, ਇੱਥੋਂ ਵੀ ਕਿਸਾਨਾਂ ਨੇ ਪੂਰਾ ਸਾਥ ਦਿੱਤਾ, ਸੁਨੇਹਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ, ਇਹ ਅੰਦੋਲਨ ਸਿਰਫ ਪੰਜਾਬ ਵਾਲੇ ਤੁਹਾਡਾ ਨਹੀਂ, ਇਹ ਸਾਡੇ ਸਾਰਿਆਂ ਦਾ, ਤਾਂ ਅਸੀਂ ਨਾਲ ਖੜੇ ਆ, ਆਉਣ ਵਾਲੇ ਸਮੇਂ ਦੇ ਵਿਚ ਵੀ ਤੁਹਾਡੇ ਨਾਲ ਰਹਾਂਗੇ। ਪੰਜਾਬ ਤੋਂ ਅੱਜ ਇਕ ਖਾਸ ਸੀ, ਵੱਖ ਵੱਖ ਜਥੇਬੰਦੀ ਦੇ ਆਗੂਆਂ ਨੇ ਇਹ ਕਿਹਾ ਸੀ ਕਿ ਹਰ ਘਰ ਚ, ਪੰਜਾਬ ਦੇ ਪਿੰਡਾਂ ਦੇ ਹਰ ਘਰ ਚੋਂ ਇਕ ਇਕ ਬੰਦਾ ਜ਼ਰੂਰ ਪਹੁੰਚੇ। ਜੇਕਰ ਹਰ ਘਰ ਚੋਂ ਇਕ ਇਕ ਬੰਦਾ ਨਹੀਂ ਪਹੁੰਚਿਆ ਤਾਂ ਪਿੰਡ ਦੇ ਵਿਚੋਂ 10-11 ਬੰਦੇ ਜ਼ਰੂਰ ਪਹੁੰਚੇ। ਦੇਖੋ ਪੰਜਾਬ ਨੇ ਕਿੰਨਿਆਂ ਨੂੰ ਜੋੜ ਦਿੱਤਾ, ਮੋਹ ਦੀਆਂ ਤੰਦਾਂ ਕਿੰਨੀਆਂ ਮਜ਼ਬੂਤ ਕੀਤੀਆਂ, ਕਦੇ ਸੋਚਿਆ ਹੋਊ ਕਿਸੇ ਨੇ ਕਿਸ ਤਰ੍ਹਾਂ ਵੀ ਹੋਏਗਾ? ਟਰੈਕਟਰ ਮਾਰਚ ਦਾ ਮੁੱਖ ਮਕਸਦ ਸੀ ਕਿ ਇਹ ਦਿਖਾਉਣਾ ਕਿ ਸਾਡੇ ਵਿਚ ਏਕਾ ਅਜੇ ਵੀ ਉਨਾ ਹੈ, ਭਾਵੇਂ ਤੋੜਨ ਦੇ ਯਤਨ ਕੀਤੇ ਜਾ ਚੁੱਕੇ ਨੇ ਤੇ ਅੱਗੇ ਵੀ ਹੁੰਦੇ ਰਹਿਣੇ ਨੇ, ਪਰ ਇਕ ਰਿਹਰਸਲ ਦਿਖਾਤੀ, ਇਕ ਟ੍ਰੇਲਰ ਦਿਖਾਤਾ ਕਿ ਅਸੀਂ ਨਾਲ ਆ। ਉਹ ਨਰਮਦਾ ਘਾਟੀ ਵੱਲੋਂ ਵੀ ਕਿਸਾਨ ਅਤੇ ਮਜ਼ਦੂਰਾਂ ਦਾ ਇਕ ਜਥਾ ਪਹੁੰਚਿਆ, ਟੁੱਟੇ ਹਾਰੇ ਸੀ ਪਰ ਹੌਸਲੇ ਨੀ ਹਾਰੇ, ਪੈਰਾਂ ਵਿਚ ਕਈਆਂ ਦੇ ਚੱਪਲਾਂ ਸੀ ਪਰ ਕਹਿੰਦੇ ਅਸੀਂ ਤੁਹਾਡੇ ਨਾਲ ਆ। ਜੇ ਤੁਸੀਂ ਉਦਣ ਦੇ ਇੰਨੇ ਮੀਂਹ ਹਨੇਰੀਆਂ ਰਾਤਾਂ ਵਿਚ ਕੱਟ ਸਕਦੇ ਆ ਤੇ ਅਸੀਂ ਕਿਉਂ ਨੀ, ਅਸੀਂ ਵੀ 7 ਦਿਨ ਪੂਰਾ ਆਏ ਆ। ਅੱਜ ਵੀ ਅੰਦੋਲਨ ਦੌਰਾਨ ਸ਼ਰਾਰਤੀ ਅਨਸਰਾਂ ਨੇ ਕੁਝ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਹੋਣਾ ਹੀ ਸੀ, ਪਰ ਬਹੁਤੀ ਜਗ੍ਹਾ ਕਿਸਾਨ ਆਗੂ ਜੋ ਅੱਗੇ ਪਹਿਲ ਕਰ ਰਹੇ ਸੀ, ਅੱਗੇ ਹੋ ਕੇ ਸਾਰੀ ਜਿੰਨਾ ਜਿੰਮੇਵਾਰੀ ਸੀ ਉਨ੍ਹਾਂ ਨੇ ਬਹੁਤਾ ਵੀ ਨੀ ਹੋਣ ਦਿੱਤਾ, ਪਰ ਦੱਸਦੇ ਆ ਕਿ ਇਕ ਚੈਨਲ ਦੇ ਪੱਤਰਕਾਰ ਨਾਲ ਬੁਰਾ ਸਲੂਕ ਕੀਤਾ ਗਿਆ ਤੇ ਕੋਲ ਗੋਦੀ ਮੀਡੀਆ ਦੇ ਨਾਰੇ ਵੀ ਲੱਗਦੇ ਪਏ ਸੀ। ਹੁਣ ਸਮਝ ਹੀ ਗਏ ਹੋਣੇ ਆ ਕਿ ਹਾਲਾਤ ਕਿਉਂ ਇਦਾਂ ਦੇ ਬਣੇ, ਪਰ ਕਿਸਾਨ ਆਗੂਆਂ ਦਾ ਕਹਿਣਾ ਕਿ IT ਸੈਲੇ ਦੀ ਜਾਂਚ ਕਰੂਗਾ, ਅਸੀਂ ਕੁਛ ਨੀ ਕਹਿ ਸਕਦੇ ਕਿਉਂਕਿ ਵੱਖ ਵੱਖ ਅਨੁਸ਼ਾਸਨ ਟੀਮਾਂ ਜੋ ਲਗਾਈਆਂ ਗਈਆਂ ਉਹ ਜੋ ਰਿਪੋਰਟ ਦੇਣਗੀਆਂ ਉਹਦੇ ਆਧਾਰ ਤੇ
सारा फैसला किया जाऊगा, पर चिंता जरूर जाहिर की है उन्होंने कि जेकर इदा की घटना वापरी है तो असी चिंता करते, चिंतित भी होना चाहिए। एक पासे किसान मार्च कर रहे सन, मीडिया का एक हिस्सा स्नैप की सब तो वड्डी गल आ रही अज जी, किसान आगुआ का, लोगों का, संघर्षी योध्या का, मजदूरों का, व्यापारियों का, विद्यार्थियों का, हर एक का यह अंदोलन। एक पासे सड़कां ते ट्रैक्टर ही ट्रैक्टर सी, अज वह भी बंदा जिहड़ा घरों निकलिया होगा, जिन दिल्ली विच इन्ना वड्डा इकट्ठ कदी ना देखिया होगा, उन्हें भी जरूर पुछया होना कि आ अंदोलन जा रहा, आ मार्च जा रहा, इस करके जा रहा क्योंकि इन्हां दी मंग जायदा। जिन्हों नहीं भी पता होगा उन्हों भी अज पता लग्या होना कि इन्ना वड्डा इकट्ठ इत्थे है। पर दूसरे पासे मीडिया का एक हिस्सा यही दिखाई जा रहा सी कि बर्ड फ्लू फैल गया, यह गल्लां आम लोगों विच गुस्सा पैदा कर दिया। कई पत्रकार कहते हैं कि हुण टीवी ते खबरां देखण दा समा नहीं रहा, वो शायद इसे करके ही कहते होण क्योंकि एक तस्वीर जो अज पूरे विश्व विच दिखाई दिती है वख वख टीवी चैनल दे उपर, खबर जरूर चली होगी क्योंकि इन्ना वड्डा इकट्ठ कदी नहीं होया, खासकर खेती खेती नूं लैके अपनियां मंगां नूं लैके। पत्रकार ने उम्मीद देखे होना, शहरां वालों बेचारे नूं की पता होंदा नाट ग्यारह केड़ा हना दूजा केड़ा, बिल्कुल नहीं पता होना, नाम भी नहीं पता होना, बस एक फौड़ ही सुनिया होना पहला। पर उस तों इलावा कई वख वख कंपनियां दे उत्थे पहुंचे सी, रंग नीले लाल पीले भी कराईया ने, कई ने मॉडिफाई कराए, सारे देखे होने, खासकर दिल्ली वाले पास जरूर देखे होने, वो तो पिंडा विच घूमण जाण तां मझां दे उपर बह बह फोटा करवा के खुश हो जाते हैं कि यह चीजा कदी देखिया नहीं शहरां विच, इनी वड्डी गिनती विच बसा बुसा देखने आले ने ट्रैक्टर पतंदर पिंड जाके कहणगे नाले कहंदे पंजाब वाले गरीब आ, कहंदे नाले पशुआं वास्ते भी स्विमिंग पूल बनाई बैठे। बिलकुल बिलकुल। सो इन्ने वड्डे रोस मार्च जिथे एक पासे कढ़िया जा रहे से, उत्थे एक मीडिया का हिस्सा है दिखाउण विच लग्या सी कि बर्ड फ्लू दे नाल कावां दी मौत हो रही है, कावां दी मौत हुंदी पई आ, इह आउण वाले दिनां विच खतरे दी घंटी कह दिता गया होर भी बहुत सारे पंछियां नूं लैके, पर इह मौतां कई दिनां तों हो रहीआं। असीं अपने पहला भी प्रोग्राम विच गल कीती बर्ड फ्लू दी, पर अज जरूरी नहीं सी इह चीजां दिखाउणियां क्योंकि किसानी अंदोलन उस तों किते ही वड्डा, क्योंकि एक बार पहला भी ऐसे हुआ सी कि जदों भारत बंद हुआ सी ना दसंबर महीने विच, उदों भी मीडिया दे हिस्से ने कोई होर ही खबर दिखाउण दी कोशिश कीती सी कि किसानां नूं अमित शाह ने अचानक गल्लबात लई बुला लिया, पर उदों भी तस्वीर होर पेश करन दी कोशिश कीती कि जेकर आपां कल्ले ट्रैक्टर मार्च की गल करिए तो अज बहुत सफल रहा, किसानां ने एकजुट होकर यह सुनेहा दिता कि असी सारे एक दूजे दे नाल मोढ़े नाल मोढ़ा जोड़ के खड़े हां, खेती कानून जद तक रद्द नहीं हुंदे असी वापस नहीं जावांगे। 26 जनवरी नूं लैके उन्होंने अपनी बिल्कुल तस्वीर साफ करती है कि आ रिहर्सल आ, इहनूं ड्रिल समझ लो, आपां ट्रेलर समझ लो, उदण नूं लाइव जरूर दिखावांगे, ए वधिया अंदोलन का एक इतिहासिक दिन बनिया। जी बिल्कुल, इतिहास सिरजा गया ते हुण इह इतिहास है जिहड़ा अपना रंग दिखाऊ आने वाले समय च। इधर नूं फिर मुड़दे हां, पर इदू पहला आपां चलदे हां जी अमेरिका। अमेरिका दे विच अज नतीजे आए, पर उदू पहला बड़ा कुछ होया जिहड़ा नहीं होना चाहीदा सी। ते जानकारी है मेरे कोल कि 206 साल पहला भी इत्थे जिहड़ी स्थिति है इहो जी बनी सी, हमला उदों भी होया सी उत्थे कैपिटल हिल्स जिहड़ा है उहदी हिस्टोरिकल सोसायटी उहदे डायरेक्टर सैमुअल हॉलीडे ने ਇਹ ਗੱਲ ਆਖੀ ਹੈ ਕਿ 24 ਅਗਸਤ 1814 ਨੂੰ ਬ੍ਰਿਟੇਨ ਨੇ ਅਮਰੀਕਾ ਤੇ ਹਮਲਾ ਕੀਤਾ ਸੀ ਤੇ ਅਮਰੀਕੀ ਫੌਜ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਸੈਨਿਕਾਂ ਨੇ US ਕੈਪੀਟਲ ਨੂੰ ਅੱਗ ਲਾਤੀ ਸੀ ਤੇ ਇਹ 200 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਕਦੇ ਕੋਈ ਹਮਲਾ ਨਹੀਂ ਹੋਇਆ ਸੀ ਤੇ ਅੱਜ ਉੱਥੋਂ ਦੇ ਲੋਕ ਹੀ ਹੈ ਜਿਹੜੇ ਡੋਨਲਡ ਟਰੰਪ ਦੇ ਹਮਾਇਤੀ ਸੀ ਉਹ ਹਮਲਾ ਕਰਨ ਤੁਰੇ ਸੀ। ਜੀ ਤੁਸੀਂ ਬਿਲਕੁਲ ਗਹਿਰਾਈ ਨਾਲ ਇਹ ਚੀਜ਼ ਦੱਸੀ ਕਿ 206 ਸਾਲ ਪਹਿਲਾਂ इस तरह की घटना वापरी, उदों भी कहा गया सी कि इतिहास विच काला दिन है ते अज भी ओही शब्द द्वारा दोहराए गए। 64 दिन तो उपर दा समा हो चलिया लगभग चोण नतीजियां नूं, भावें रस्मी तौर ते अजे ऐलान नहीं होया सी, पर सब नूं पता सी कि जो बाइडन जित वल वध चुके ने, सिर्फ रस्मी तौर ते ऐलान होना क्योंकि 300 तो वध वोटां तां पहले ही उन्हां नूं मिल गईआं सी, 270 दा अंकड़ा सी बहुमत लई। पर अमरीका की चोन प्रणाली थोड़ी जी कसूती जी आई कुछ दिखना पैंदा,
ਤੇ ਉਹ ਹੌਲੀ ਹੌਲੀ ਜਿਸ ਤਰ੍ਹਾਂ ਹਰ ਇੱਕ ਸੂਬੇ ਵਿੱਚੋਂ ਨਤੀਜੇ ਆਉਣੇ ਸੀ ਉਹਨਾਂ ਨੂੰ ਜੋੜ ਕੇ ਹੀ ਫਾਈਨਲ ਨਤੀਜਾ ਦੇਣਾ ਸੀ। 3 ਨਵੰਬਰ ਨੂੰ ਵੋਟਾਂ ਹੋਈਆਂ, 14 ਨਵੰਬਰ ਦੇ ਕਰੀਬ ਇਲੈਕਟੋਰਲ ਕਾਲਜ ਦੀ ਵੋਟਿੰਗ ਤੋਂ ਬਾਅਦ ਇਹਦੇ ਤੇ ਮੋਹਰ ਲੱਗੀ ਕਿ ਹੁਣ ਸੰਵਿਧਾਨਕ ਮੋਹਰ ਲੱਗਣੀ ਸੀ ਇੱਕ, ਬਾਕੀ ਸਿਰਫ ਪੁਸ਼ਟੀ ਹੋਣੀ ਸੀ ਕਿ ਸੰਵਿਧਾਨਕ ਤੌਰ ਤੇ ਹੁਣ ਇਹਨਾਂ ਨੂੰ ਜੋ ਬਾਈਡਨ ਹੁਣਾਂ ਨੂੰ ਰਾਸ਼ਟਰਪਤੀ ਚੁਣ ਲਿਆ ਗਿਆ। ਪਰ ਉਸ ਤੋਂ ਪਹਿਲਾਂ ਰੌਲਾ ਪੈ ਗਿਆ ਜੀ। ਰੌਲਾ ਪਿਆ ਕਿਉਂ, ਇਹਦੇ ਕਈ ਕਾਰਨ ਸੀ, ਕਿਉਂਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਜੋ ਕਿ 20 ਜਨਵਰੀ ਨੂੰ ਹੁਣ ਅਹੁਦਾ ਛੱਡ ਦੇਣਗੇ ਤੇ ਤਾਕਤਾਂ ਸਾਰੀਆਂ ਜੋ ਬਾਈਡਨ ਉਹਨਾਂ ਨੂੰ ਟਰਾਂਸਫਰ ਹੋ ਜਾਣਗੀਆਂ, ਉਹਨਾਂ ਨੇ ਆਪਣੀ ਜਿੱਦ ਨਹੀਂ ਛੱਡੀ ਕਈ ਗੱਲਾਂ ਨੂੰ ਲੈ ਕੇ। ਹਾਲਾਂਕਿ ਆਪਣੀ ਹਾਰ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ, ਹਾਰਨਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਪਰ ਖਾਸ ਗੱਲਾਂ ਕੀ ਸੀ, ਜੋ ਬਾਈਡਨ ਤੇ ਟਰੰਪ ਵਿਚਕਾਰ ਮੁੱਖ ਮੁਕਾਬਲਾ ਰਿਹਾ ਇਹ ਸਭ ਨੂੰ ਪਤਾ, ਕਿਉਂਕਿ ਸਭ ਦੀਆਂ ਨਜ਼ਰਾਂ ਅਮਰੀਕਾ ਦੀ ਚੋਣ ਤੇ ਟਿਕੀਆਂ ਹੋਈਆਂ ਸੀ, ਕਿਉਂਕਿ ਉਧਰੋਂ ਬਾਜ਼ਾਰ ਵੀ ਆ ਤੇ ਇੱਕ ਪਾਸੇ ਦੁਨੀਆਂ ਦੀ ਸ਼ੇਅਰ ਮਾਰਕੀਟ ਦਾ ਕੰਮ ਵੀ ਉਧਰਲੇ ਪਾਸੇ ਚੱਲਦਾ ਜ਼ਿਆਦਾਤਰ, ਤੇ ਮੁੱਖ ਮੁੱਦਾ ਕੀ ਬਣਿਆ, ਕੋਰੋਨਾ ਵਾਇਰਸ। ਟਰੰਪ ਨਹੀਂ ਮੰਨੇ ਕਿ ਇਹ ਗੰਭੀਰ ਸਮੱਸਿਆ, ਹਾਲਾਂਕਿ ਅਖੀਰਲੇ 2 ਮਹੀਨਿਆਂ ਵਿਚ ਉਨ੍ਹਾਂ ਨੇ ਮਾਸਕ ਪਾਉਣਾ ਜ਼ਰੂਰ ਸ਼ੁਰੂ ਕਰਤਾ ਸੀ, ਪਰ ਮੰਨੇ ਫਿਰ ਵੀ ਬੜੀ ਦੇਰ ਬਾਅਦ। ਡਾਕਟਰ ਫੌਚੀ ਨੇ ਪਹਿਲਾਂ ਹੀ ਕਹਿਤਾ ਸੀ ਜੇਕਰ ਉਨ੍ਹਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ, ਜਿਸ ਤਰ੍ਹਾਂ ਉਨ੍ਹਾਂ ਨੇ ਕਿਹਾ ਸੀ ਕਿ 1 ਲੱਖ ਦੇ ਕਰੀਬ ਬੰਦਾ ਮਰ ਸਕਦਾ, ਇਸ ਕਰਕੇ ਸਾਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਨੇ, ਪਰ ਟਰੰਪ ਹੁਣਾਂ ਨੇ ਉਨ੍ਹਾਂ ਨਾਲ ਵੀ ਪੰਗਾ ਪਾ ਲਿਆ ਤੇ ਮੌਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋਈ ਹੈ, ਕਿਉਂਕਿ ਸਥਿਤੀ ਨੂੰ ਗੰਭੀਰਤਾ ਨਾਲ ਸ਼ਾਇਦ ਨਹੀਂ ਲਿਆ ਗਿਆ ਜਿੰਨਾ ਲੈਣਾ ਚਾਹੀਦਾ ਸੀ। ਹੁਣ ਉਹੀ ਟਰੰਪ ਨੇ ਜਿਨ੍ਹਾਂ ਦੇ ਇੱਕ ਟਵੀਟ ਕਰਕੇ ਸਾਰੀ ਸ਼ੇਅਰ ਮਾਰਕੀਟ ਡਿੱਗ ਜਾਂਦੀ ਸੀ, ਮੀਟਿੰਗ ਚ ਬੈਠੇ ਬੈਠੇ ਟਵੀਟ ਕਰਦੇ ਹੁੰਦੇ ਸੀ ਤੇ ਕਈ ਵਾਰੀ ਉਂਗਲਾਂ ਉੱਠੀਆਂ ਸੀ ਵਿਰੋਧੀਆਂ ਦੀਆਂ ਕਿ ਮੀਟਿੰਗ ਦੇ ਵਿੱਚ ਧਿਆਨ ਨੇ ਜਾਂ ਫਿਰ ਟਵਿੱਟਰ ਤੇ ਟਵੀਟ ਕਰਨ ਵਿੱਚ ਜ਼ਿਆਦਾ ਮਸ਼ਹੂਰ ਰਹਿੰਦੇ ਨੇ। ਹੁਣ ਇੱਕ ਦਿਨ ਰੱਖਿਆ ਸੰਵਿਧਾਨਕ ਤੌਰ ਤੇ ਮੋਹਰ ਲਾਉਣ ਦੇ ਲਈ, ਪਰ ਹਿੰਸਾ ਹੋ ਗਈ। ਮਸਲਾ ਕੀ ਹੋਇਆ, ਡੋਨਲਡ ਟਰੰਪ ਹਾਰ ਮੰਨਣ ਨੂੰ ਤਿਆਰ ਨਹੀਂ ਸੀ, ਕਹਿੰਦੇ ਵੋਟਾਂ ਦੀ ਗਿਣਤੀ ਵਿੱਚ ਧੋਖਾ ਹੋਇਆ, ਮੰਨ ਲਿਆ ਤੁਸੀਂ ਕਹਿੰਦੇ ਆ, ਪਰ ਲੋਕ ਕਿਉਂ ਨਹੀਂ ਮੰਨਦੇ, ਲੋਕਾਂ ਨੇ ਤਾਂ ਵੋਟ ਪਾਈ ਆ, ਉੱਥੇ ਤਾਂ ਇਹ ਵੀ ਨਹੀਂ ਬਹਾਨਾ ਲਗਾ ਸਕਦੇ ਵੀ ਈਵੀਐਮ ਨਾਲ ਕੰਮ ਹੋਇਆ, ਕਿਉਂਕਿ ਵੋਟਾਂ ਤਾਂ ਬੈਲਟ ਪੇਪਰ ਨਾਲ ਹੀ ਹੁੰਦੀਆਂ ਆ। ਹੁਣ ਇਹਦਾ ਕੀ ਕਾਰਨ, ਇਹਦਾ ਕਾਰਨ ਇਹ ਕਿ ਮਤਲਬ ਕਿ ਟਰੰਪ ਨਹੀਂ ਚਾਹੁੰਦੇ ਕਿ ਵੋਟਾਂ ਦੀ ਗਿਣਤੀ ਇਸ ਤਰ੍ਹਾਂ ਹੁੰਦੀ, ਕਿਉਂਕਿ ਸਮੇਂ ਸਮੇਂ ਤੇ ਦੋਸ਼ ਉਹਨਾਂ ਨੇ ਲਗਾਇਆ, ਇਹ ਗੱਲ ਸਭ ਨੂੰ ਪਤਾ ਹੈ, ਹਰ ਇੱਕ ਚਰਚਾ ਵਿੱਚ ਵੀ ਰਹੀ ਹੈ ਕਿ ਕੰਪਿਊਟਰ ਰਾਹੀਂ ਵੋਟਾਂ ਨੂੰ ਇਧਰ ਉਧਰ ਕੀਤਾ ਗਿਆ। ਹਾਲਾਂਕਿ ਏਦਾਂ ਦੀ ਕੋਈ ਖ਼ਬਰ ਸਾਹਮਣੇ ਤਾਂ ਆਈ ਨੀ, ਕਿਉਂਕਿ ਜਾਂਚ ਵੀ ਬਿਠਾਈ ਗਈ ਸੀ ਉਹਦੇ ਵਿੱਚ ਇਹ ਕੁਛ ਵੀ ਨਹੀਂ ਨਿਕਲਿਆ। ਹੁਣ ਹਰ ਇੱਕ ਦੇਸ਼ ਵਿੱਚ ਇਹ ਗੱਲ ਹੁੰਦੀ ਆ, ਜਦੋਂ ਚੋਣਾਂ ਤੋਂ ਬਾਅਦ ਹਾਰ ਹੁੰਦੀ ਆ ਟਵੀਟ। ਹੁਣ ਇਹਨਾਂ ਨੇ ਵੀ ਇੱਕ ਟਵੀਟ ਇਸ ਤਰ੍ਹਾਂ ਦਾ ਕਰ, ਇੱਕ ਰੈਲੀ ਕੀਤੀ ਪਹਿਲਾਂ ਜਦੋਂ ਪਤਾ ਸੀ ਸਾਰਾ ਕੁਝ ਹੋਣਾ, ਤੇ ਇੱਕ ਦਿਨ ਪਹਿਲਾਂ ਇੱਕ ਰੈਲੀ ਕਰਦੇ ਆ, ਰੈਲੀ ਵਿੱਚ ਕੁਝ ਏਦਾਂ ਦੇ ਭੜਕਾਊ ਸ਼ਬਦ ਕਹਿਤੇ, ਸਮਰਥਕ ਭਟਕ ਗਏ, ਕਿਉਂਕਿ ਭਾਰਤ ਵਿੱਚ ਹੀ ਨਹੀਂ ਸਿਰਫ ਭਗਤ ਲੋਕ, ਹੋਰ ਵੀ ਬਹੁਤ ਜਗ੍ਹਾ ਤੇ ਨੇ, ਵੱਖ ਵੱਖ ਦੇਸ਼ਾਂ ਵਿੱਚ ਮਿਲਦੇ ਆ, ਹਰ ਇੱਕ ਜਿੱਥੇ ਸਮੇਂ ਦੀ ਸਰਕਾਰ ਹੁੰਦੀ ਆ ਉਹਨਾਂ ਨੂੰ ਚਾਹੁਣ ਵਾਲੇ ਬਹੁਤ ਹੁੰਦੇ ਆ, ਤੇ ਪੁਰਾਣੇ ਸਿਆਸਤਦਾਨਾਂ ਦੇ ਆਸ-ਪਾਸ ਪਾਏ ਜਾਂਦੇ ਆ। ਅੱਛਾ ਜੀ, ਇਹ ਹੁਣ ਹਰ ਇੱਕ ਦੇਸ਼ ਵਿੱਚ ਹੁੰਦੇ ਆ ਏਦਾਂ ਦੇ ਲੋਕ ਜਿਨ੍ਹਾਂ ਨੇ ਭੜਕਣਾ ਹੁੰਦਾ ਇੱਕ ਵੀ ਸ਼ਬਦ ਤੇ। ਹੁਣ ਟਰੰਪ ਹੁਣਾਂ ਦੀ ਕਹੀ 1-2 ਗੱਲਾਂ ਦੇ ਉੱਪਰ ਕਿ ਅਸੀਂ ਚੋਣਾਂ ਵਿੱਚ ਧਾਂਦਲੀ ਹੋਈ ਆ, ਅਸੀਂ ਚੋਣ ਨਹੀਂ ਸੀ ਹਾਰਨੀ, ਤੇ ਬਸ ਇੰਨੇ ਨੂੰ ਵੀ ਕੀ ਸੀ ਅਗਲੇ ਸੰਸਦ ਵਿੱਚ ਆ ਕੇ ਘੇਰ ਲਿਆ ਉਹਨੇ। ਪਰ ਇਹ ਆਪਣੇ ਆਪ ਚ ਇਤਿਹਾਸ ਵਿੱਚ ਦੂਜੀ ਵਾਰ ਦੀ ਬੜੀ ਮੰਦਭਾਗੀ ਘਟਨਾ, ਵੱਖ ਵੱਖ ਸਮੇਂ ਤੇ ਰਹੇ ਰਾਸ਼ਟਰਪਤੀ ਸਾਬਕਾ ਹੁਣ ਜਿਹੜੇ ਬਰਾਕ ਓਬਾਮਾ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ, ਉਹਨਾਂ ਨੇ ਵੀ ਨਿੰਦਾ ਕੀਤੀ ਆ ਕਿ ਇਹ ਅਪਮਾਨ ਦੀ ਗੱਲ ਹੈ, ਲੋਕਤੰਤਰ ਇਸ ਤਰ੍ਹਾਂ ਨਹੀਂ ਹੁੰਦਾ, ਇਹ ਲੋਕਤੰਤਰ ਦਾ ਕਤਲ ਕਰਨ ਵਾਲੀ ਗੱਲ ਹੈ। ਉਹਨਾਂ ਦੇ ਉਪ ਰਾਸ਼ਟਰਪਤੀ ਆ ਮੌਜੂਦਾ ਸਮੇਂ ਦੇ ਮਾਈਕ ਪੈਂਸ, ਉਹਨਾਂ ਨੇ ਵੀ ਕਹਿਤਾ ਕਿ ਹੁਣ ਸਾਡੇ ਕੋਈ ਹੋਰ ਦਾ ਬਚਿਆ ਨਹੀਂ, ਇਹ ਹੁਣ ਕਾਲਾ ਦਿਨ ਹੀ ਕਹਿ ਲਿਆ ਜਾਵੇ, ਕਿਉਂਕਿ ਕਾਨੂੰਨੀ ਤੌਰ ਦੇ ਉੱਪਰ ਸਾਰਾ ਕੁਝ ਖਤਮ ਹੋ ਗਿਆ। ਪਰ ਇਸ ਤਰ੍ਹਾਂ ਦੀ ਹਿੰਸਾ ਵਾਪਰਨਾ ਇਹ ਬੜੀ ਮੰਦਭਾਗੀ ਘਟਨਾ ਹੈ, 206 ਸਾਲ ਬਾਅਦ ਭਾਵੇਂ ਵਾਪਰੀ ਹੈ, ਪਰ ਫਿਰ ਵੀ ਇਹਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਸੋਚਣ ਦੀ ਲੋੜ ਹੈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ, ਜਾਂ ਹਾਲਾਤ ਇਸ ਤਰ੍ਹਾਂ ਦੇ ਨਾ ਬਣਾਏ ਜਾਣ ਤਾਂ ਕਿ ਲੋਕਾਂ ਨੂੰ ਸਮੱਸਿਆ ਆਵੇ, ਕਿਉਂਕਿ 1-2 ਖਿਲਾੜੀਆਂ ਦੇ ਵਿੱਚੋਂ ਇੱਕ ਨੇ ਤਾਂ ਹਾਰਨਾ ਹੀ ਹੁੰਦਾ, ਇੱਕ ਨੇ ਜਿੱਤਣਾ ਹੁੰਦਾ, ਤੇ ਹਾਰ ਨੂੰ ਸਵੀਕਾਰ ਕਰਨਾ ਸਿੱਖਣਾ ਚਾਹੀਦਾ। ਹੁਣ ਵੀ ਤਾਂ ਮੰਨੀ ਆ, ਅੱਜ ਮੋਹਰ ਲੱਗ ਹੀ ਗਈ ਆ ਜੀ, ਲੱਗੀ ਜੀ ਅੱਜ ਫਿਰ ਮੋਹਰ ਬਾਈਡਨ ਦੀ ਜਿੱਤ ਦੇ ਉੱਤੇ। ਬਿਲਕੁਲ ਜੀ, ਜੋ ਬਾਈਡਨ ਦੀ ਜਿੱਤੇ ਅੱਜ ਮੋਹਰ ਲਾਤੀ ਆ, ਮੋਹਰ ਵੀ ਏਦਾਂ ਹੀ ਲੱਗੀ, ਹੁਣ ਕਹਿੰਦੇ 4 ਸਾਲ ਨਹੀਂ ਹਿੱਲੂਗੀ, ਬਾਕੀ ਦੇਖਦੇ ਆ ਸਮੇਂ ਸਮੇਂ ਤੇ ਚੁਣੌਤੀਆਂ ਬਹੁਤ ਨੇ, ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਕਿਸ ਤਰ੍ਹਾਂ ਦੇ ਹਾਲਾਤ ਬਣਾਏ ਜਾਂਦੇ ਨੇ, ਕਿਉਂਕਿ ਨਵਾਂ ਨਵਾਂ ਬੰਦਾ ਜਦੋਂ ਦਫ਼ਤਰਾਂ ਚ ਆਉਂਦਾ ਤੇ ਉਹਨੂੰ ਵੀ ਹਿਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਤਾਂ ਮਜ਼ਬੂਤ ਪੈਰਾਂ ਵਾਲਾ ਹੋਵੇ ਤਾਂ ਬੰਦਾ ਟਿਕ ਜਾਂਦਾ, ਤੇ ਨਾ ਹੋਵੇ ਤਾਂ ਫਿਰ ਇੱਧਰ ਉੱਧਰ ਹੋ ਜਾਂਦਾ, ਪਰ
राष्ट्रपति अहदे दे उपर पिछे भी बड़ी वड्डी एक ताकत बैठी है। साबका राष्ट्रपति ने देश उन्होंने भी 8 साल एन चंगी तरह चलाया। हुण 46वें राष्ट्रपति होणगे जो बाइडन। जित तां वैसे पहले ही हो गई सी पर रस्मी तौर ते ऐलान ही रह गया सी जिवें जिवें जित दी मोहर लगी है। हुण मैरिक गारलैंड उन्हां नूं अटर्नी जनरल नामजद कर दिता गया जदों ही पहला नाम मोहर लगी है नाल ही नामजद करता। भारतीय मूल दी वनीता गुप्ता इन्हां नूं भी अटर्नी जनरल बनाया गया एसोसीएट। हुण देखो लड़ाई बहुत लंबी चली इन्हां दी जी। लड़ाई शब्दी जंग कह लईए आपां। विरोधी भी घट नहीं सन क्योंकि पूरा जोर उन्होंने भी लगाया। 270 सीटां चलो मिल गई वोटां पर जोर बहुत लगाया। डोनाल्ड ट्रंप ने पूरी टक्कर दिती भावें हार गए पर हार मनन तैयार नहीं सी। समझाया फिर कई ने समझाया क्योंकि यह जरूरी सी क्योंकि हुण सारा कुछ कानूनी दा पेच खत्म हो चुके ने। यह इतिहासिक दिन है भावें एक पासे काले दिन तो बाद आया क्योंकि रात यह सारा कुछ होया। 12 घंटे की कार्रवाई चली है। 12 घंटे बाद कांग्रेसी सदन विच पास किया गया पक्की मोहर लगाई गई कि राष्ट्रपति हुण बन गए ने। हुण 20 नूं सौं चुकणगे ते सारा कामकाज फिर ट्रांसफर होएगा। काम लंबा चलेगा वैसे क्योंकि उम्मीद पूरी है। चुनौतियां भावें पूरियां ने। कोरोना वायरस भी सब तो वड्डी चुनौती है। देश की अर्थव्यवस्था जो कोरोना वायरस करके हिली है उन्हूं भी लीह ते लियाउणा जरूरी है। बहुत सारे लोगों ने वादे किए आ H1B वीजा वाले होण H1B1 वीजा वाले होण व्यापारियों हर एक लोगों वक् वक् तरह के वादे किए निभाते कि साडे वालिया वांगू एदां ही अधूरे रहिंदे आ। यह हुण देखने वाली गल होगी। वैसे मोहर लग गई जी पक्की च जी। तो डोनाल्ड ट्रंप का खाता भी बंद हो गया सोशल मीडिया वाला है सुखदेव जी। उन्होंने अज जिस तरह के हालात बन गए सी जां बना दिते गए सी क्योंकि सोशल मीडिया अज एक इदां दा हथियार आ जिहड़ा चंगे पासे लैके जाइए तां बहुत ज्ञान दिंदा ज्ञान दियां परतां फुल आ। जे अगर माड़े पासे लैके चलीए तां मिंट नहीं लगदा चीज कोई लिख के वायरल कर दो। उह जदों वायरल हुंदी आ लोक इस तरह दे ने कि जल्दी ही यकीन कर लैंदे ने। हुण डोनाल्ड ट्रंप हुणां दा अकाउंट 12 घंटे लई ब्लॉक कीता ट्विटर ने। ट्विटर नूं पता सी कि हुण इस तरह दियां गल्लां होणियां कुछ पहलां भी समय कई एक दो तीन बार तां पहलां भी कीता चोणां चलदियां दे विच जो रैलियां हुंदियां सी इन्हीं बैठिया ने ट्वीट कर देना ते उस वेले भी ट्विटर दे CEO वल्लों इह एक्शन लै गए सी। हुण भी उन्हां ने कहा कि इह तां जे आपां आरजी तौर ते कीता आउण वाले समय दे विच जेकर तुसीं इस तरह दे भड़काऊ बयान जां शब्द लिखे तां हो सकदा असीं परमानेंटली ही अकाउंट डिलीट कर दिए। हुण देखो कनाब जी हर एक चोणां विच जदों एक बंदा खड़दा है तो उन्हूं पता हुंदा उन्हें की वादे किते आ। दूसरे बंदे नूं भी पता हुंदा कि मैं की वादे किते आ पर जदों समा बीतदा जांदा एक बंदे दे कोलों वादे पूरे नहीं हुंदे ते नवें दा ऐलान कर दिए तां समस्यावां इहदा मतलब असीं आप ही सहेड़दे हुंदे आ। सोशल मीडिया दे उप्पर भी ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਡੋਨਾਲਡ ਟਰੰਪ ਏਦਾਂ ਦੇ ਸੀ ਕਿ ਇੱਕ ਟਵੀਟ ਜਦੋਂ ਕਰਦੇ ਸੀ ਤਾਂ ਪੂਰੀ ਸ਼ੇਅਰ ਮਾਰਕੀਟ ਦਾ ਇੱਕ ਹਿੱਸਾ ਇਹਨਾਂ ਦੇ ਟਵੀਟ ਦੇ ਉੱਪਰ ਡਿਪੈਂਡ ਕਰਦਾ ਸੀ। ਕਈ ਵਾਰੀ ਅਮਰੀਕੀ ਇਤਿਹਾਸ ਵਿੱਚ ਮਾਰਕੀਟ ਡਿੱਗੀ ਵੀ ਆ ਤੇ ਚੜੀ ਵੀ ਆ। ਸੋ ਹੁਣ ਡਰ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਨਾ ਹੋਣ ਜਿਸ ਤਰ੍ਹਾਂ ਦੀਆਂ ਅੱਜ ਹੋਈਆਂ ਕਿਉਂਕਿ ਹਾਲਾਤ ਨਾਰਮਲ ਹੋਣ ਨੂੰ ਸਮਾਂ ਲੱਗਣਾ। कुछ भी हो सकता हालात भी कुछ खराब भी हो सकते ने पर हार नूं पचाउणा सीखना चाहिए। फेसबुक ने भी कुछ वीडियो इन्हां दी डिलीट कीतियां पॉलिसी तो बाहर सी उन्हां दे क्योंकि भड़काऊ चीजा सी भी रात वाली रैली विच काफी कुछ देखण नूं मिलिया। सो इस करके सोशल मीडिया ने भी एक्शन लैणा शुरू कर दिता जां फिर इह कह लो कि हुण अहुदा तां उह नहीं रहिणा पर 20 तरीक तक अजे इन्हां दे कोल पावरां ने। जांदे जांदे देख लो चीनी ऐप के उपर भी पाबंदी लगा गए ने। हालांकि चीन के खिलाफ तो इन्हों का गुस्सा हमेशा ही सिखर से रहा पर देखते हैं हुण आने वाले समय के किस तरह के हालात रहिंदे ने। पर ट्विटर ने फेसबुक ने अज जो ये कार्रवाई की भड़काऊ गल्लां नूं लैके की गल सही है जी। ते सरजीत कुमार जियाणी ने अज फिर बयान दिता जी कहिंदा किसानां दी नीयत ही नहीं साफ। एक गल समझ नहीं आउंदी कि ਇਹ ਸਿਆਸਤ ਇਸ ਤਰ੍ਹਾਂ ਹੁਣ ਕਿਉਂ ਹੋ ਰਹੀ ਆ ਜਾਂ ਫਿਰ ਉਹ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਆ ਕਿ ਊਠ ਤੇ ਚੜੇ ਨੂੰ ਦੋ ਦੋ ਜਣੇ ਦਿਸਦੇ ਆ। ਆਉਣਾ ਤਾਂ ਪੰਜਾਬ ਹੀ ਆ ਵਾਪਸ
ਹੁਣ ਜੇ ਊਠ ਤੇ ਚੜੇ ਆ ਦੋ ਦੋ ਸਾਰੇ ਦਿਸਦੇ ਲੱਗਦੇ ਆ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਦੇ ਰਹੇ ਹੋ ਬਾਰ ਬਾਰ? ਕੱਲ ਹੁਣ ਮੀਟਿੰਗ ਆ, ਫਿਰ ਨੌਵੇਂ ਦੌਰ ਦੀ ਮੀਟਿੰਗ ਹੋਣੀ ਆ ਰਸਮੀ ਤੌਰ ਤੇ, ਪਰ ਜਾਣੀ ਹੋਣਾ ਤਾਂ ਉਹ ਤੋਂ ਪਹਿਲਾਂ ਬਿਆਨ ਸਾਹਮਣੇ ਆ ਗਿਆ। ਹੁਣ ਇਹ ਨੀ ਪਤਾ ਕਿ ਜਿਸ ਦਿਨ ਦੀ ਇਹ ਮਿਲ ਕੇ ਆਏ ਆ ਦਿੱਲੀ ਵਿਚ, ਕੰਨ ਚ ਫੂਕ ਵੱਜੀ ਆ ਜਾਂ ਕੀ ਚੱਕਰ ਆ? ਜਦੋਂ ਅਸੀਂ ਵੀ ਸੁਨੈਰ ਵੀ ਛੋਟੇ ਹੁੰਦੇ ਸੀ ਨਾ ਤੇ ਬਾਪੂ ਹੋਰਾਂ ਤੇ ਇੱਕ ਦਬਕਾ ਪੈਂਦਾ ਸੀ ਤਾਂ ਚੁੱਪ ਹੋ ਕੇ ਨੀਵੀਂ ਜਿਹੀ ਪਾ ਕੇ ਤੁਰ ਪਈਦਾ ਸੀਗਾ। ਘਰ ਦਾ ਮੁਖੀਆ ਸੀ, ਦਬਕਾ ਮਾਰਨਾ ਹੱਕ ਬਣਦਾ, ਮਾਰ ਵੀ ਸਕਦੇ ਆ। ਤੇ ਰਾਜਨੀਤੀ ਵਿਚ ਵੀ ਏਦਾਂ ਦੀਆਂ ਗੱਲਾਂ ਲਾਗੂ ਹੋ ਹੀ ਜਾਂਦੀਆਂ। ਹੁਣ ਜੈਰੀ ਹੁਣੀ ਕਹਿੰਦੇ ਆ ਕਿ ਕਿਸਾਨ ਜਥੇਬੰਦੀਆਂ ਦੀ ਨੀਅਤ ਨੀ ਸਾਫ਼, ਉਹ ਫੈਸਲਾ ਕਰਨ ਦੀ ਨੀਅਤ ਨਾਲ ਧਰਨੇ ਤੇ ਬੈਠੇ ਨੀ। ਅਖੇ ਜੀ ਇਹ ਰਾਜਨੀਤੀ ਹੋ ਰਹੀ ਆ, ਅਖੇ ਇਹਦੇ ਵਿਚੋਂ ਆਉਣ ਵਾਲੇ ਸਮੇਂ ਦੇ ਵਿਚ ਕੋਈ ਪਾਰਟੀ ਨਿਕਲ ਆਉਣੀ ਆ ਕਿਸਾਨ ਲੀਡਰ ਤਾਂ ਕਿਸਾਨ ਬੈਠੇ ਤਾਂ ਆ, ਕਮਾਲ ਹੈ। ਇੰਨਾ ਸਮਾਂ ਹੋ ਗਿਆ, ਇਹ ਕਿੱਦਾਂ ਹੋ ਸਕਦਾ? ਕਿਉਂਕਿ ਤੁਸੀਂ ਤਾਂ ਪਹਿਲਾਂ ਕਿਹਾ ਸੀ ਕਿ ਮੈਂ ਨੇਤਾ ਤੋਂ ਪਹਿਲਾਂ ਕਿਸਾਨ ਦਾ ਪੁੱਤ ਹੈ, ਭਾਵੇਂ ਹੁਣ ਸਾਬਕਾ ਮੰਤਰੀ ਨੇ, ਪਰ ਜਾਣੀ ਸਾਹਿਬ ਤੁਸੀਂ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨ ਦਾ ਪੁੱਤ ਹਾਂ। ਜੇ ਕਿਸਾਨ ਦੇ ਪੁੱਤ ਹੋ, ਕਿਸਾਨਾਂ ਦੇ ਨਾਲ ਹੋ, ਤੇ ਹੁਣ ਦੋ ਚਾਰ ਦਿਨਾਂ ਤੋਂ ਛੜੱਪੇ ਕਿਉਂ ਇੱਧਰ ਉੱਧਰ ਵੱਜ ਰਹੇ ਨੇ? ਇਹ ਲੋਕਾਂ ਨੇ ਪੁੱਛਣਾ ਜਦੋਂ ਤੁਸੀਂ ਪੰਜਾਬ ਆਉਣਾ, ਕਿਉਂਕਿ ਘਰ ਘੇਰਨ ਦੀ ਤਿਆਰੀ ਵਿਚ ਬੈਠੇ ਹੋਏ ਨੇ ਤੇ ਸਵਾਲ ਜਵਾਬ ਪੱਤਰਕਾਰ ਵੀ ਪੂਰੇ ਕਰਦੇ ਪਏ ਨੇ। ਹਾਲਾਂਕਿ ਜਵਾਬ ਤੁਸੀਂ ਦਿੰਦੇ ਨੀ, ਸੋਚ ਸੋਚ ਕੇ ਪ੍ਰੀ ਪਲੈਨ ਸਾਰਾ ਕੁਛ ਕੀਤਾ ਹੋਇਆ ਕਿ ਗੱਲ ਕਹਾਂਗੇ ਕੀ ਨਹੀਂ ਕਹਾਂਗੇ, ਪਰ ਲੋਕਾਂ ਦਾ ਗੁੱਸਾ, ਕਿਸਾਨਾਂ ਦਾ ਗੁੱਸਾ ਸਿਖਰਾਂ ਵੱਲ ਜਾ ਰਿਹਾ, ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਹੁਣ ਅੱਜ ਇਹਨਾਂ ਨੇ ਇੱਕ ਨਵੀਂ ਗੱਲ ਕੱਢੀ ਹੈ ਕਿ ਕਿਸਾਨ ਰਾਜਨੀਤੀ ਕਰ ਰਹੇ ਨੇ, ਕਹਿੰਦੇ ਕਿਸਾਨ ਚੋਣਾਂ ਲੜਨੀਆਂ ਚਾਹੁੰਦੇ ਨੇ। ਇਹ ਵੀ ਕਹਿਤਾ ਕਿ ਕਿਸਾਨ ਆਗੂ ਚਾਹੁੰਦੇ ਨੇ ਕਿ ਜੇਲ੍ਹ ਵਿਚ ਡੱਕ ਦਿੱਤਾ ਜਾਵੇ, ਗੜਾਂ ਵਿਚ ਹਾਰ ਪਾ ਕੇ ਜਦੋਂ ਬਾਹਰ ਕੱਢਿਆ ਜਾਵੇ ਤਾਂ ਫਿਰ ਕੋਈ ਪਾਰਟੀ ਪੂਰਟੀ ਵੀ ਬਣੀ ਹੋਵੇ। ਇਹ ਹੁਣ ਇਸ਼ਾਰਾ ਕਿੱਧਰ ਜਾਂਦਾ? ਇਹ ਇਸ਼ਾਰਾ ਤਾਂ ਦਿੱਲੀ ਵੱਲ ਵੀ ਜਾਂਦਾ ਲੱਗਦਾ ਕਿ ਅੰਨਾ ਹਜ਼ਾਰੇ ਦੇ ਸਮੇਂ ਇੱਕ ਅੰਦੋਲਨ ਹੋਇਆ ਸੀ ਤੇ ਉਥੋਂ ਇੱਕ ਨੇਤਾ ਨਿਕਲੇ ਸੀ ਬਣ ਕੇ ਤੇ ਉਹ ਅੱਜ ਮੁੱਖ ਮੰਤਰੀ ਨੇ। ਹੁਣ ਏਦਾਂ ਦੀ ਗੱਲ ਉਸ ਅੰਦੋਲਨ ਨਾਲ ਜੋੜ ਕੇ ਤਾਂ ਦੇਖੀ ਨਹੀਂ ਜਾ ਸਕਦੀ। ਉਹ ਅੰਦੋਲਨ ਕਿਤੇ ਤੇ ਇਹ ਅੰਦੋਲਨ ਕਿਤੇ, ਦੋਨਾਂ ਦੇ ਰੂਪ ਵੱਖ ਵੱਖ, ਦੋਨਾਂ ਦੇ ਨੇਤਾ ਵੱਖ ਵੱਖ, ਸੁਭਾਅ ਵੱਖ ਵੱਖ, ਸਮਾਂ ਵੱਖ ਵੱਖ, ਸੋਚ ਵੱਖ ਵੱਖ। ਅਸੀਂ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਹੋ ਸਕਦਾ, ਪਰ ਨੇਤਾਵਾਂ ਦੇ ਵਿੱਚੋਂ ਹੁਣ ਕਿਹਦੇ ਵੱਲ ਲੱਖ ਜਾਂਦੀ ਹੈ? ਅਸੀਂ ਦੇਖ ਹੀ ਰਹੇ ਹਾਂ ਕਿਹੜੇ ਕਿਹੜੇ ਕਿਸਾਨ ਆਗੂ ਅੱਗੇ ਹੋ ਕੇ ਲੜ ਰਹੇ ਨੇ। ਪਰ ਹੁਣ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਜੇਕਰ ਜੇਲ੍ਹਾਂ ਵਿੱਚ ਜਾਣ ਲਈ ਕਿਸਾਨ ਤਿਆਰ ਨੇ ਤੇ ਬਾਹਰ ਆ ਕੇ ਨੇਤਾ ਬਣਨਗੇ, ਇੱਕ ਪਾਰਟੀ ਖੜੀ ਕਰਨਗੇ ਤੇ ਉਹ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਲੜੇਗੀ, ਇਸ ਬਿਆਨ ਨੂੰ ਬਣਾਉਣ ਲੱਗੇ ਕਾਫੀ ਸਮਾਂ ਲੱਗਾ ਲੱਗਦਾ। ਕਈ ਲੋਕਾਂ ਨਾਲ ਬਹਿ ਕੇ ਗੱਲਾਂ ਬਾਤਾਂ ਵੀ ਕੀਤੀਆਂ ਲੱਗਦੀਆਂ। ਇੱਕ ਤਰਕ ਦਿੱਤਾ, ਕਹਿੰਦੇ ਵੱਡੇ ਅੰਦੋਲਨ ਚੋਂ ਪਾਰਟੀ ਨਿਕਲਦੀ ਆ ਹਮੇਸ਼ਾ। ਸੁਖਨੈਬ ਜੀ ਏਦਾਂ ਹੁੰਦਾ ਬਹੁਤ ਘੱਟ ਆ। ਹਾਂ, ਮੂਵਮੈਂਟ ਦੇ ਵਿੱਚੋਂ ਲੀਡਰ ਜ਼ਰੂਰ ਨਿਕਲਦੇ ਨੇ, ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਵਿੱਚੋਂ ਵੀ ਬਹੁਤ ਸਾਰੇ ਵਿਦਿਆਰਥੀ ਉੱਠਦੇ ਨੇ। ਜੇਕਰ ਟ੍ਰੇਡ ਯੂਨੀਅਨ ਹੋਵੇ, ਕਿਸਾਨਾਂ ਦੀ ਯੂਨੀਅਨ ਹੋਵੇ, ਇੱਥੋਂ ਤੱਕ ਕਿ ਆਟੋ ਵਾਲਿਆਂ ਦੀ ਕੋਈ ਯੂਨੀਅਨ ਹੋਵੇ ਜਾਂ ਟਰਾਂਸਪੋਰਟ ਦੀ ਕਿਸੇ ਵੀ ਯੂਨੀਅਨ ਹੋਵੇ, ਤਾਂ ਨੇਤਾ ਤਾਂ ਉੱਠਦੇ ਨੇ। ਇੱਕ ਬੁਲਾਰਾ ਤਾਂ ਹੁੰਦਾ ਹੀ ਆ ਕਿਸਾਨੀ ਅੰਦੋਲਨ ਵਿੱਚ। ਹੁਣ ਜੇ ਬੁਲਾਰੇ ਉੱਠ ਗਏ ਆ, ਕਿੰਨਿਆਂ ਕੁ ਦੇ ਨਾਂ ਲਈ ਜਾਊਂਗੇ? ਕਿਹਨੂੰ ਕਿਹਨੂੰ ਕਹੋਗੇ ਕਿ ਨੇਤਾ ਬਣਨ ਨੂੰ ਮੋਹਰੇ ਆ? ਅਸੀਂ ਦੇਖਦੇ ਹਾਂ ਕਿੰਨੇ ਆਗੂ ਬੈਠੇ ਨੇ, ਇਹ ਤਾਂ ਫਿਰ ਲੜਾਉਣ ਵਾਲੀ ਗੱਲ ਹੋ ਗਈ। ਪਰ ਕਿਸਾਨ ਵੀਰ ਸਮਝਦਾਰ ਨੇ, ਇਸ ਤਰ੍ਹਾਂ ਦੇ ਬਿਆਨ ਦੇ ਕੇ ਧਿਆਨ ਭਟਕਾਇਆ ਜਾ ਸਕਦਾ, ਅੰਦੋਲਨ ਹੋਰ ਪਾਸੇ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਸਕਦੀ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਆਣੀ ਹੋਣਾ ਖਿਲਾਫ਼ ਗੁੱਸਾ ਸਿਖਰਾਂ ਤੇ ਪਹੁੰਚ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਤੰਗ ਕਰ ਸਕਦੇ ਆ, ਕਿਉਂਕਿ ਜੋ ਚੀਜ਼ ਹੈ ਕਰਨ ਵਾਲੀ ਉਹ ਕੀਤੀ ਜਾਵੇ, ਸਮਝੌਤਾ ਕਰਾਉਣ ਲਈ ਰਾਹ ਲੱਭਿਆ ਜਾਵੇ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਹੁਣ ਹੋਰ ਵੱਧ ਸਕਦੀ ਆ। ਦੋ ਚਾਰ ਦਿਨ ਮੌਸਮ ਦੇ ਵਿੱਚ ਤਬਦੀਲੀ ਫਿਰ ਆਉਣੀ ਆ, ਠੰਡ ਵਧਣੀ ਆ। ਜੇਕਰ ਕੱਲ ਦੀ ਮੀਟਿੰਗ ਚੋਂ ਕੁਛ ਨਹੀਂ ਨਿਕਲਦਾ ਤਾਂ ਇਹ ਸੋਚਿਆ ਜਾਵੇ ਕਿ ਹੁਣ ਕੀ ਕੀਤਾ ਜਾਵੇ। ਇਹ ਨਾ ਸੋਚਿਆ ਜਾਵੇ ਕਿ ਗ੍ਰਹਿ ਮੰਤਰੀ ਹੁਣਾਂ ਨਾਲ ਹੁਣ ਅਗਲੀ ਮੀਟਿੰਗ ਵੀ ਆ ਜਾਣੀ ਹੁਣਾਂ ਦੀ, ਸ਼ਾਇਦ ਅੱਜ ਹੀ ਆ ਰਾਤ ਨੂੰ, ਹੁਣ ਦੇਖਦੇ ਹਾਂ ਕਿੰਨੇ ਕੁ ਵਜੇ ਸ਼ੁਰੂ ਹੁੰਦੀ ਆ। ਅਜੇ ਤੱਕ ਤਾਂ ਪਹੁੰਚੇ ਨੀ, ਪਰ ਅੱਜ ਉਹਨਾਂ ਦੀ ਗ੍ਰਹਿ ਮੰਤਰੀ ਹੁਣਾਂ ਨਾਲ ਮੀਟਿੰਗ ਆ, ਉੱਥੇ ਦੇਖੋ ਕੀ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਆ। ਅਸੀਂ ਸਾਂਝੀ ਜ਼ਰੂਰ ਕਰਾਂਗੇ ਜੇਕਰ ਚਲਦੇ ਚਲਦੇ ਪ੍ਰੋਗਰਾਮ ਦੌਰਾਨ ਗੱਲਬਾਤ ਕੋਈ ਨਿਕਲ ਕੇ ਸਾਹਮਣੇ ਆਈ ਤਾਂ। ਪਰ ਜਾਣੀ ਹੁਣਾਂ ਵੱਲੋਂ ਇਹ ਜੋ ਬਿਆਨ ਦਿੱਤੇ ਜਾ ਰਹੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆਵਾਂ ਖੁਦ ਹੀ ਆਪਣੇ ਤੇ ਖੜੀਆਂ ਕਰ ਰਹੇ ਨੇ ਤੇ ਹੱਥੀ ਬੀਜੇ ਕੰਡੇ ਵੱਢਣੇ ਔਖੇ ਹੋ ਜਾਣੇ ਇਹਨਾਂ ਨੂੰ। ਸਹੀ ਗੱਲ ਤੁਹਾਡੀ, ਇਹ ਹੱਥੀ ਬੀਜੇ ਕੰਡੇ ਹਮੇਸ਼ਾ ਹੀ ਵੱਢਣੇ ਔਖੇ ਹੁੰਦੇ ਆ, ਇੱਥੇ ਇਹ ਬੀਜਣ ਦਾ ਯਤਨ ਕਰ ਰਹੇ ਆ। ਤੇ ਹੁਣ ਜਿਹੜੇ ਜੇਜੇਪੀ ਵਾਲੇ ਆ ਜੀ, ਬੀਜੇਪੀ ਤੋਂ ਬਾਅਦ ਜੇਜੇਪੀ, ਇਹਦੇ ਵਿਧਾਇਕਾਂ ਦੇ ਸੁਰ ਵੀ ਬਦਲੀ ਜਾਂਦੇ ਆ ਜੀ।
ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਅੰਦੋਲਨ ਕਿੱਧਰਲੇ ਪਾਸੇ ਨੂੰ ਜਾ ਰਿਹਾ, ਕਿਉਂਕਿ ਇੰਨੇ ਦਿਨ ਤਾਂ ਹੋ ਗਏ ਆ, ਸੋਚਿਆ ਹੀ ਹੋਊਗਾ ਕਿ 10-12 ਦਿਨ 15 ਦਿਨ 20 ਦਿਨ ਤੇ ਜਾਂ ਫਿਰ ਮਹੀਨਾ ਉੱਠ ਹੀ ਜਾਣਗੇ, ਥੱਕ ਹਾਰ ਕੇ ਮੰਨ ਹੀ ਲੈਣਗੇ, ਪਰ ਲੱਗਦਾ ਨੀ ਕਿ ਇੰਨੀ ਜਲਦੀ ਹੋਊਗਾ। ਹੁਣ ਸਰਕਾਰ ਦਾ ਵਿਰੋਧ ਵਧਿਆ ਇਹਨਾਂ ਦਾ, ਭਾਜਪਾ ਦਾ ਵਿਰੋਧ ਕਿਹੜੇ ਸੂਬੇ ਵਿੱਚ, ਕਈਆਂ ਸੂਬਿਆਂ ਵਿੱਚ ਹੋ ਰਿਹਾ, ਕਿਹੜੇ ਏਦਾਂ ਦੇ ਸੂਬੇ ਆ ਜਿਹੜੇ ਬਚੇ ਹੋਣਗੇ, 2-4 ਹੋਣਗੇ ਜਿੱਥੇ ਆਪਣੀ ਸਰਕਾਰ ਆ, ਪਰ ਇੱਥੇ ਵੀ ਤਾਂ ਗੱਠਜੋੜ ਆ, ਇੱਥੇ ਵੀ ਤਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਸ ਚੀਜ਼ ਦਾ ਚੋਣਾਂ ਤੇ ਅਸਰ ਜ਼ਰੂਰ ਪਊਗਾ। ਅਸੀਂ ਦੇਖਿਆ ਕਿ ਪਿਛਲੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ, ਨਗਰ ਕੌਂਸਲ ਦੀਆਂ ਚੋਣਾਂ ਹੋਈਆਂ, ਸੀਟਾਂ ਕਿੰਨੀਆਂ ਕੁ ਮਿਲੀਆਂ, ਕਿਤੇ ਅਸਰ ਤਾਂ ਲੋਕਾਂ ਨੇ ਹੁਣੇ ਦਿਖਾਉਣਾ ਸ਼ੁਰੂ ਕਰ ਦਿੱਤਾ। ਇਹ ਅਸਰ ਪੰਜਾਬ ਚ ਹੀ ਨਹੀਂ, ਕਈ ਸੂਬਿਆਂ ਚ ਵੀ ਪੈਣਾ, ਪੈ ਵੀ ਚੁੱਕਿਆ। ਪੰਜਾਬ ਵਿਚ ਵੀ ਵਿਰੋਧ ਪੂਰਾ ਹੋਣਾ ਸ਼ੁਰੂ ਹੋ ਗਿਆ। ਮੰਤਰੀ ਅਗਲੇ ਦਿਨ ਫਿਰ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੰਦੇ ਆ, ਜਿੱਦਾਂ ਤੀਕਸ਼ਣ ਸੂਦ ਹੋਣਾ ਨੇ ਦਿੱਤੀ ਆ। ਇਹ ਔਖਾ ਹੋ ਜਾਣਾ ਸਮਾਂ ਥੋੜਾ ਜਿਹਾ। ਗੁਆਡ ਵਿਚ ਵੀ ਹੁਣ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਆ। ਹੁਣ ਵਿਧਾਨ ਸਭਾ ਸ਼ਾਹਬਾਦ ਤੋਂ ਜੇਜੇਪੀ ਦੇ ਵਿਧਾਇਕ ਨੇ ਰਾਮਕਰਨ, ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਆ, ਕਿਉਂਕਿ ਹੁਣ ਦਿਨ ਬਹੁਤ ਹੋ ਚੁੱਕੇ ਨੇ। ਇਹ ਉਹੀ ਜੇਜੇਪੀ ਆ ਜਿਹੜੀ ਕਹਿੰਦੇ, ਇਹਨਾਂ ਨੇ ਵੀ ਪਹਿਲਾਂ ਇਹੀ ਬਿਆਨ ਸੀ ਮੰਤਰੀਆਂ ਦਾ ਕਿ ਕਾਨੂੰਨ ਬਹੁਤ ਵਧੀਆ ਨੇ, ਕਿਉਂਕਿ ਜਦੋਂ ਉੱਪਰਲੇ ਬੰਦੇ ਨੇ ਇੱਕ ਗੱਲ ਕਹਿਤੀ ਹੋਵੇ ਤਾਂ ਥੱਲੇ ਵਾਲਿਆਂ ਨੂੰ ਬੌਸ ਦੀ ਗੱਲ ਮੰਨਣੀ ਪੈਂਦੀ ਆ, ਉਹ ਫਿਰ ਜੈਸ ਹਰ ਪਾਸੇ ਕਰਨੀ ਪੈਂਦੀ ਆ। ਹੁਣ ਉੱਪਰੋਂ ਇਹ ਗੱਲ ਹੋਈ ਆ ਕਿ ਕਾਨੂੰਨ ਬਹੁਤ ਵਧੀਆ ਨੇ, ਥੱਲੇ ਵਾਲੇ ਇਹ ਨੀ ਕਹਿ ਸਕਦੇ ਕਿ ਨਹੀਂ, ਜੇ ਨਹੀਂ ਵਧੀਆ ਕਹਿਤਾ ਜਾਂ ਤਾਂ ਫਿਰ ਅਗਲੇ ਦਿਨ ਸਰਕਾਰੀ ਦਰਬਾਰੇ ਹਾਜ਼ਰ ਹੋਣਾ ਪੈਣਾ ਆ, ਤੇ ਜਾਂ ਫਿਰ ਦਬਕਾ ਵੱਜੂਗਾ, ਤੇ ਜਾਂ ਫਿਰ ਕੰਨ ਚ ਫੂਕ ਵੱਜੂਗੀ, ਕਿਉਂਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੇਅਰਮੈਨ ਦੀ ਕੁਰਸੀ ਦੇ ਦਿੱਤੀ ਜਾਵੇ ਜੇ ਮੰਤਰੀ ਨਾ ਬਣਾਇਆ, ਪਰ ਸਮਝੌਤਾ ਜ਼ਰੂਰ ਹੋ ਸਕਦਾ ਜਾਂ ਫਿਰ ਗੱਲਬਾਤ ਜ਼ਰੂਰ ਹੋ ਸਕਦੀ ਆ। ਇਸੇ ਤਰ੍ਹਾਂ ਹੀ ਅੱਜ ਜੇਜੀਪੀ ਦੇ ਇਸ ਵਿਧਾਇਕ ਵੱਲੋਂ ਇਹ ਕਹਿਣਾ ਕਿ ਕਿਸਾਨਾਂ ਦੀ ਗੱਲ ਹੁਣ ਮੰਨ ਲਈ ਜਾਵੇ, ਦਿਨ ਬਹੁਤ ਬੀਤ ਚੁੱਕੇ ਨੇ, ਕਿਸਾਨਾਂ ਦਾ ਵਿਰੋਧ ਜਾਇਜ਼ ਹੈ, ਲੋਕਾਂ ਵਿੱਚ ਜਾਣਾ ਮੁਸ਼ਕਲ ਹੋ ਰਿਹਾ ਵਿਧਾਇਕਾਂ ਦਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਰਿਆਣੇ ਵਿੱਚ ਭਾਜਪਾ ਲੋਕਾਂ ਦਾ ਪਿੰਡਾਂ ਵਿੱਚ ਜਾਣਾ ਔਖਾ ਹੋ ਰਿਹਾ, ਇਸ ਕਰਕੇ ਸੋਚਿਆ ਜਾਵੇ ਕਿ ਗੱਲ ਆਖਰ ਹੈ ਕੀ। ਜੇਕਰ ਮਸਲਾ ਹੱਲ ਕਰਵਾਉਣਾ ਤੇ ਵਿੱਚ ਵਿਚੋਲਾ ਪਾਉਣਾ ਹੀ ਪੈਣਾ, ਨਹੀਂ ਤਾਂ ਓਲਾ ਰੱਖਣ ਦੀ ਫਿਰ ਲੋੜ ਨਹੀਂ ਰਹਿਣੀ। ਜਦੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤਾਂ ਕੇਂਦਰ ਸਰਕਾਰ ਨੂੰ ਵੀ ਪਤਾ ਹੀ ਆ ਹੁਣ ਮੰਗਾਂ ਵੱਲ ਧਿਆਨ ਦੇਣਾ, ਪਰ ਲਟਕਾਉਣਾ, ਕਿਉਂਕਿ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਕਾਨੂੰਨ ਬਣਾਉਣ ਦਾ, ਤੇ ਇੰਨਾ ਸਮਾਂ ਤਾਂ ਫਿਰ ਕਹਿੰਦੇ ਆ ਹਟਾਉਣ ਨੂੰ ਵੀ ਲੱਗਣਾ ਹੀ ਆ। ਕਿਉਂਕਿ ਜੇਕਰ ਹੁਣ ਸਰਕਾਰ ਇਸ ਚੀਜ਼ ਨੂੰ ਕਹਿ ਦੇ ਕਿ ਅਸੀਂ ਕਾਨੂੰਨ ਵਾਪਸ ਲੈਂਦੇ ਹਾਂ ਤੇ ਬਹੁਤ ਸਾਰੇ ਮਸਲੇ ਖੜੇ ਹੁੰਦੇ ਆ। ਹੋ ਸਕਦਾ ਫਿਰ ਗੁਜਰਾਤ ਵੱਲੋਂ ਵੀ ਇੱਕ ਅੰਦੋਲਨ ਪਹਿਲਾਂ ਹੋਇਆ ਸੀ, ਉਹ ਬੰਦੇ ਖੜੇ ਹੋਣ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਇਹ ਵੀ ਹੋ ਸਕਦਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਜਦੋਂ ਹਟਾਈ ਸੀ ਤਾਂ ਉਹ ਵੀ ਨਾ ਦੁਬਾਰਾ ਉੱਠ ਜਾਣ। ਦਿੱਲੀ ਵਿੱਚ ਇੱਕ ਮੋਰਚਾ ਲੱਗਾ ਸੀ, ਉਹਨਾਂ ਦੀ ਵੀ ਫਿਰ ਉੱਠਣ ਦੀ ਪੂਰੀ ਸੰਭਾਵਨਾ। ਮਹਾਰਾਸ਼ਟਰ ਚੋਂ ਕਿਸਾਨ 2016 ਵਿੱਚ ਉੱਠੇ ਸੀ ਤੇ ਉਹ ਵੀ ਉੱਠ ਸਕਦੇ ਆ, ਤੇ ਯੂਪੀ ਵੱਲ ਵੀ ਇੱਕ ਅੰਦੋਲਨ ਉੱਠਣ ਦੀ ਤਿਆਰੀ ਵਿੱਚ ਆ। ਹਾਲਾਂਕਿ ਬਿਹਾਰ ਵਿੱਚ ਜਦੋਂ 2006 ਵਿੱਚ ਇਹ ਕਾਨੂੰਨ ਲਾਗੂ ਕਰਤਾ ਗਿਆ ਸੀ ਤਾਂ ਉਦੋਂ ਬਹੁਤਾ ਲੋਕਾਂ ਨੂੰ ਜਾਂ ਪਤਾ ਨਹੀਂ ਸੀ ਜਾਂ ਫਿਰ ਉਧਰ ਖੇਤੀ ਦੀ ਪੈਦਾਵਾਰ ਘੱਟ ਹੁੰਦੀ ਸੀ। ਉਧਰੋਂ ਵੀ ਹੁਣ ਤਿਆਰੀ ਵਿੱਚ ਬੈਠੇ ਨੇ, ਨਾਲੰਦਾ ਵਿੱਚ ਵੀ ਜਿਸ ਤਰ੍ਹਾਂ ਅੰਦੋਲਨ ਸ਼ੁਰੂ ਹੋ ਚੁੱਕਿਆ, ਪੱਕੇ ਮੋਰਚੇ ਲਗਾ ਚੁੱਕੇ ਨੇ, ਤੇ ਵੱਖ ਵੱਖ ਸੂਬਿਆਂ ਚ ਫਿਰ ਆਵਾਜ਼ ਉੱਠਣੀ ਸ਼ੁਰੂ ਹੋਊਗੀ ਤੇ ਬੀਜੇਪੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਆਉਣ ਵਾਲੇ ਸਮੇਂ ਵਿੱਚ। ਇਸ ਕਰਕੇ ਜੇਜੇਪੀ ਵਿਧਾਇਕ ਨੇ ਹੁਣ ਇਹ ਵੀ ਕਿਹਾ ਕਿ ਜੇਕਰ ਲੋੜ ਪੈਂਦੀ ਆ ਤੇ ਉੱਥੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਕੋਲ ਜਾ ਕੇ ਮਸਲੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ। ਚਲੋ ਇਹ ਮਿਲ ਸਕਦੇ ਆ, ਕਿਉਂਕਿ ਜੇਕਰ ਸਾਡੇ ਪੰਜਾਬ ਦੇ ਵੀ 2 ਮੰਤਰੀਆਂ ਨੂੰ ਸਮਾਂ ਮਿਲ ਸਕਦਾ ਤੇ ਮਿਲ ਇਹਨਾਂ ਨੂੰ ਵੀ ਸਕਦਾ। ਪਰ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਕਾਨੂੰਨ ਰੱਦ ਕਰਨ ਦੀ, ਇਹਨੂੰ ਲੈ ਕੇ ਫਿਰ ਕਿਸ ਤਰ੍ਹਾਂ ਦਾ ਸਮਾਂ ਮਿਲਣਾ ਇਹ ਨਹੀਂ ਪਤਾ ਜੀ। ਆਪਾਂ ਲਈਏ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਇਸੇ ਪਲੇਟਫਾਰਮ ਤੇ ਜੀ। ਹਾਜ਼ਰਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਖਬਰਸਾਰ ਦੀ ਸਾਂਝ ਪਾ ਰਹੇ। ਨਵਜੀਤ ਜੀ, ਸੁਪਰੀਮ ਕੋਰਟ ਦਾ ਕੇਂਦਰ ਨੂੰ ਸਵਾਲ ਹੈ ਕਿ ਕਿਸਾਨ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦੇ ਆ ਜਾਂ ਨਹੀਂ। ਹੁਣ ਇਹ ਬਹੁਤ ਸਾਰੇ ਲੋਕਾਂ ਨੂੰ ਵੀ ਸਵਾਲ ਆ ਕਿ ਕਿਸਾਨੀ ਅੰਦੋਲਨ ਅੱਜ ਹੀ ਸ਼ੁਰੂ ਹੋਇਆ। ਕਿਸਾਨੀ ਅੰਦੋਲਨ ਸ਼ੁਰੂ ਨੂੰ ਤਾਂ ਬੜੇ ਦਿਨ ਹੋ ਗਏ ਆ, ਲੋਕਾਂ ਸਾਰਿਆਂ ਨੂੰ ਪਤਾ ਲੱਗ ਗਿਆ, ਤੇ ਸੁਪਰੀਮ ਕੋਰਟ ਨੂੰ ਵੀ ਜ਼ਰੂਰ ਇਹ ਗੱਲ ਪਤਾ ਹੋਣੀ ਆ, ਤੇ ਪਿਛਲੀ ਵਾਰੀ ਇੱਕ ਪਟੀਸ਼ਨ ਵੀ ਸੁਣਵਾਈ ਕਰਨੀ ਉਹਨਾਂ ਨੇ 11 ਤਰੀਕ ਨੂੰ, ਤੇ ਜੇਕਰ ਇਹ ਦੋਨੋਂ ਚੀਜ਼ਾਂ ਹੈ ਤਾਂ ਇਹ ਚੀਜ਼ ਪਹਿਲਾਂ ਯਾਦ ਕਿਉਂ ਨਹੀਂ ਆਈ। ਹੁਣ ਕਿਹਾ ਗਿਆ ਕਿ ਕੋਰੋਨਾ ਦੀ ਚਿੰਤਾ ਨਹੀਂ ਕਿਸਾਨਾਂ ਨੂੰ ਜੀ। ਜਦੋਂ ਹੁਣ ਪੰਜਾਬ ਦੇ ਵਿੱਚੋਂ ਕਿਸਾਨ ਜਾਣਾ ਸ਼ੁਰੂ ਹੋਏ ਸੀ, ਇੱਕ ਟਰਾਲੀ ਦੇ ਉੱਪਰ ਆਪਾਂ ਦੇਖਦੇ ਹਾਂ ਕਿ 15-20 ਬੰਦੇ ਤਾਂ ਸੀਗੇ,
ਪਰ ਕੁਛ ਕੁ ਕਿਸਾਨਾਂ ਨਾਲ ਉਦੋਂ ਗੱਲ ਹੋਈ ਜਦੋਂ ਜਾਂਦੇ ਪਏ ਸੀ ਲਾਡੂ ਵਾਲੀ ਟੋਲ ਪਲਾਜ਼ਾ ਫਲੌਰ ਦੇ ਕੋਲ, ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਈ ਟਰਾਲੀਆਂ ਦੇ ਵਿਚ ਤਿੰਨ ਤਿੰਨ ਚਾਰ ਚਾਰ ਦਸ ਜਣੇ ਆ ਤੇ 15 ਤੋਂ ਵੱਧ ਕਿਤੇ ਨੀ ਦੇਖਿਆ, ਤੇ ਉਹਨਾਂ ਦੀ ਅੱਗੇ ਉਹ ਗੱਲ ਸੀ ਕਿ ਕੋਰੋਨਾ ਦਾ ਰੌਲਾ ਕਿਤੇ ਸਾਨੂੰ ਰਸਤੇ ਵਿਚ ਘੇਰ ਲਿਆ, ਤੇ ਇਹ ਨਾ ਕਹਿ ਦੇਣ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਨੀ ਰੱਖੀ, ਕਹਿੰਦੇ ਅਸੀਂ ਖੁੱਲੇ ਖੁੱਲੇ ਜੇ ਹੋ ਕੇ ਬੈਠੇ ਆ। ਹੁਣ ਉਹਨਾਂ ਦੇ ਦਿਮਾਗ ਵਿਚ ਇਹ ਚੀਜ਼ ਪਹਿਲਾਂ ਸੀ ਕਿ ਅੱਗੇ ਹੋ ਸਕਦਾ, ਅੱਜ ਤੋਂ ਕਿੰਨੇ ਦਿਨ ਪਹਿਲਾਂ 47ਵਾਂ ਦਿਨ ਤਾਂ ਹੋਣਾ ਹੀ ਆ, ਨਹੀਂ ਤਾਂ ਕੱਲ ਨੂੰ ਤਾਂ ਹੋਣਾ ਹੀ ਆ। ਹੁਣ ਜੇਕਰ 40 ਦਿਨ ਬੀਤਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਦਿੱਲੀ ਜਾਣ ਲੱਗਿਆ ਨੂੰ ਇਹ ਪਤਾ ਸੀ ਕਿ ਅੱਗੇ ਇਹ ਗੱਲ ਹੋ ਸਕਦੀ ਆ, ਤੇ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਦੇ ਦਿਮਾਗ ਵਿਚ ਵੀ ਇਹ ਗੱਲ ਸੀ, ਕਾਨੂੰਨ ਦੇ ਉਪਰ ਸਵਾਲ ਨਹੀਂ ਉਠਾਏ ਜਾ ਸਕਦੇ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਕਿਸਾਨ ਅੱਗੇ ਵੱਧ ਰਹੇ ਨੇ, ਤਾਂ ਪਹਿਲਾਂ ਇਹ ਸਵਾਲ ਕਿਉਂ ਨੀ ਪੁੱਛਿਆ ਗਿਆ। ਹੁਣ ਸਵਾਲ ਪੁੱਛਿਆ ਤੇ ਵਿਵਸਥਾ ਕਿਉਂ ਨੀ ਕੀਤੀ ਗਈ, ਉੱਥੇ ਦੀ ਮੌਜੂਦ ਸਰਕਾਰ ਦੀ ਜਿੰਮੇਵਾਰੀ ਬਣਦੀ ਆ। ਹਾਲਾਂਕਿ ਕਈ ਸਹੂਲਤਾਂ ਉਹਨਾਂ ਨੇ ਦਿੱਤੀਆਂ, ਪਾਣੀ ਦੀ ਸਹੂਲਤ ਆ, ਹਰ ਵੈਸੇ ਤਾਂ ਬਹੁਤ ਸਾਰੇ ਵੀਰਾਂ ਨੇ ਜੋ ਇਧਰ ਵੀ ਨੇ ਤੇ ਬਾਹਰ ਵੀ ਨੇ, ਉਹਨਾਂ ਨੇ ਵੀ ਬੜੀ ਮਦਦ ਕੀਤੀ ਆ, ਵਾਸ਼ਿੰਗ ਮਸ਼ੀਨਾਂ ਭੇਜ ਦਿੱਤੀਆਂ, ਕੇਜਰੀਵਾਲ ਹੁਣਾਂ ਦੇ ਉੱਥੇ ਬਣੇ ਬਣਾਏ ਵਾਸ਼ਰੂਮ ਆਏ ਆ, ਕਈ ਬਹੁਤ ਕੁਛ ਆ। ਵੈਸੇ ਤਾਂ ਸਮੱਸਿਆ ਸਾਡੇ ਬੰਦਿਆਂ ਨੇ ਨੀ ਆਉਣ ਦਿੱਤੀਆਂ, ਨਾਲ ਹੀ ਸਾਰਾ ਕੁਛ ਲੈ ਕੇ ਗਏ ਆ, ਪਰ ਜੇਕਰ ਹੁਣ ਇਹ ਕਿਹਾ ਜਾਵੇ ਕੋਰੋਨਾ ਦਾ ਖਿਆਲ ਨਹੀਂ ਰੱਖਿਆ ਗਿਆ ਤਾਂ ਇਹ ਗਲਤ ਆ, ਕਿਉਂਕਿ ਸਮੇਂ ਦੀਆਂ ਸਰਕਾਰਾਂ ਦੀ ਇਹ ਜਿੰਮੇਵਾਰੀ ਬਣਦੀ ਆ। ਹੁਣ ਚੱਲਦੇ ਥੋੜਾ ਜਿਹਾ ਪਿੱਛੇ ਚੋਣਾਂ ਵੱਲ ਨੂੰ, ਵੱਖ ਵੱਖ ਸੂਬਿਆਂ ਵਿਚ ਚੋਣਾਂ ਹੋਈਆਂ, ਚੋਣਾਂ ਵੀ ਹੋਈਆਂ ਤੇ ਉਥੇ ਰੈਲੀਆਂ ਵੀ ਹੋਈਆਂ, ਰੈਲੀਆਂ ਵੀ ਹੋਈਆਂ ਤੇ ਰੈਲੀਆਂ ਦੇ ਵਿਚ ਇਕੱਠ ਵੀ ਦੋ ਦੋ ਲੱਖ ਦਾ, ਲੱਖ ਲੱਖ ਬੰਦਾ ਤਾਂ ਜ਼ਰੂਰ ਹੁੰਦਾ ਸੀ, ਜੇ ਲੱਖ ਨਹੀਂ ਤਾਂ 50,000 ਹੁੰਦਾ ਸੀ, 5,000 ਤਾਂ ਜ਼ਰੂਰ ਹੁੰਦਾ ਹੀ ਸੀ। ਉਦੋਂ ਵੀ ਸੋਸ਼ਲ ਡਿਸਟੈਂਸਿੰਗ ਰੈਲੀਆਂ ਦੇ ਵਿਚ ਤਾਂ ਕੁਰਸੀਆਂ ਇਧਰ ਉਧਰ ਦਿਸੀਆਂ ਨੇ, ਉਹ ਤਾਂ ਨਾਲ ਨਾਲ ਹੀ ਪਈਆਂ ਸੀ, ਮੰਤਰੀ ਜਦੋਂ ਬਿਆਨ ਦਿੰਦੇ ਸੀ ਤਾਂ ਜਿਹੜੇ ਚਾਹੁਣ ਵਾਲੇ ਆ ਹੱਸ ਹੱਸ ਕੇ ਤਾੜੀਆਂ ਮਾਰਦੇ ਸੀ। ਉਦੋਂ ਵੀ ਕੋਰੋਨਾ ਉੱਥੇ ਸੀ, ਉਹਨਾਂ ਸੂਬਿਆਂ ਵਿਚ ਕੋਰੋਨੇ ਦੇ ਹਾਲਾਤ ਖਰਾਬ ਸਨ, ਉਸ ਵੇਲੇ ਇਹ ਗੱਲਾਂ ਕਿਉਂ ਨੀ ਹੋਈਆਂ? ਅੱਜ ਇਹ ਗੱਲ ਨਿਕਲ ਕੇ ਸਾਹਮਣੇ ਆਉਣਾ, ਇੱਕ ਹੋਰ ਇੱਥੇ ਗੱਲ ਹੋਈ ਆ ਕਿ ਤਬਲੀਗੀ ਜਮਾਤ ਦੀ ਤਰ੍ਹਾਂ ਤਾਂ ਨਹੀਂ ਹਾਲਾਤ ਹੋ ਜਾਣਗੇ, ਕਿਉਂਕਿ ਅਸੀਂ ਦੇਖਿਆ ਸੀ ਉਹਨਾਂ ਦਿਨਾਂ ਵਿਚ ਜਦੋਂ ਇੱਕ ਮੀਟਿੰਗ ਰੱਖੀ ਗਈ ਸੀ ਮਰਕਜ਼ ਵਿਚ ਤਾਂ ਬਹੁਤ ਸਾਰੇ ਬਾਅਦ ਵਿਚ ਕੋਰੋਨਾ ਪਾਜ਼ਿਟਿਵ ਆਏ ਸੀ। ਚਲੋ ਉਹਨਾਂ ਦੀ ਗਿਣਤੀ ਤਾਂ ਸੈਂਕੜਿਆਂ ਦੇ ਵਿਚ ਸੀ, ਸੈਂਕੜੇ ਤੋਂ ਵੀ ਘੱਟ ਹੋ ਸਕਦਾ, ਪਰ ਇੱਥੇ ਤਾਂ ਗਿਣਤੀ ਹਜ਼ਾਰਾਂ ਲੱਖਾਂ ਵਿਚ ਆ। ਤੇ ਜੇਕਰ ਸੁਪਰੀਮ ਕੋਰਟ ਕਹਿੰਦੀ ਸਾਨੂੰ ਅਜੇ ਪਤਾ ਨੀ ਕਿ ਇੱਥੇ ਕੁਛ ਏਦਾਂ ਦਾ ਹੈ ਜਾਂ ਨਹੀਂ, ਜੇਕਰ ਹੋਇਆ ਤਾਂ ਫਿਰ ਤਾਂ ਨੁਕਸਾਨ ਬਹੁਤ ਹੋਣਾ। ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਏਦਾਂ ਦੀ ਚੀਜ਼ ਨਾ ਹੋਵੇ, ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਤੇ ਸ਼ਾਂਤਮਈ ਤਰੀਕੇ ਨਾਲ ਹੀ ਹੋਵੇ, ਪਰ ਇਹ ਸਮੇਂ ਦੀਆਂ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਆ ਕਿ ਤੁਹਾਨੂੰ ਸਾਰਾ ਕੁਝ ਪਤਾ, ਕਿਸਾਨ ਆ ਰਹੇ ਨੇ, ਦਿਨੋ ਦਿਨ ਇਕੱਠ ਵੱਧਦਾ। ਜੇਕਰ ਪਹਿਲਾਂ 15 ਕੁ ਦਿਨ ਦੀ ਆਸ ਲਗਾ ਲਈਏ ਆਪਾਂ ਕਿ 15 ਕੁ ਦਿਨ ਬਾਅਦ ਮੋੜੇ ਪਾ ਲੈਣੇ ਨੇ, ਪਰ ਉੱਥੇ ਤਾਂ ਡਿਊਟੀਆਂ 15-15 ਦਿਨ ਦੀਆਂ ਲਗਾਤੀਆਂ, ਜਦੋਂ ਦੇਖਿਆ ਹਾਲਾਤ ਨਹੀਂ ਬਦਲਦੇ ਵੀ, ਪਤਾ ਲੱਗਦੇ ਆ ਕਿਉਂਕਿ ਥੱਕ ਜਾਂਦੇ ਆ, ਦਿਨ ਰਾਤ ਬਹਿਣਾ ਸੌਖਾ ਨੀ ਹੁੰਦਾ, ਘਰਾਂ ਦੇ ਵਿਚ ਦਈਆਂ ਵਿਚ ਬਹਿ ਕੇ ਬੜਾ ਸੌਖਾ ਨਿੱਘ ਮੰਨਦੇ ਆ, ਪਰ ਉੱਥੇ ਤਾਂ ਪਰਾਲੀਆਂ ਤੇ ਪਏ ਆ, ਗੱਦਿਆਂ ਤੇ ਪਏ ਆ, ਇੰਨੀ ਠੰਡ ਉਪਰੋਂ ਦੀ ਨੀ ਲੱਗਦੀ ਹੋਣੀ ਜਿੰਨੀ ਸਾਡੇ ਪਾਸੇ ਲੱਗਦੀ, ਕਿਉਂਕਿ ਸਾਡੇ ਪਾਸੇ ਕੁਛ ਹੈ ਨੀ ਗਾ, ਧਰਤੀ ਥਰੀ ਪਈ ਆ। ਤੇ ਆਪਾਂ ਸ਼ੁਰੂ ਵਿਚ ਦੇਖਿਆ ਕਿ ਕਿਸ ਤਰ੍ਹਾਂ ਟਰੈਕਟਰਾਂ ਟਰਾਲੀਆਂ ਦੇ ਹੇਠਾਂ ਬੜੇ ਹੋਏ ਸੀ ਕਿਸਾਨ ਵੀਰ, ਕਿਉਂਕਿ ਗੱਦਿਆਂ ਦੀ ਘਾਟ ਸੀ। ਪਰ ਹੁਣ ਜੇਕਰ ਕੋਰੋਨਾ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਪਹਿਲਾਂ ਦਿਖਾਈ ਦੇ ਰਹੇ ਸੀ ਕਿ ਏਦਾਂ ਹੋਣਾ, ਤੇ ਉਹਦੇ ਪ੍ਰਬੰਧ ਸੋਸ਼ਲ ਡਿਸਟੈਂਸਿੰਗ ਦਾ ਉੱਥੇ ਰੱਖ ਹੀ ਨਹੀਂ ਸਕਦੇ, ਕਿਹਨੂੰ ਕਿਹਨੂੰ ਤੁਸੀਂ ਰੋਕੋਗੇ, ਉਹ ਵੀ ਅੰਦੋਲਨ ਵਿਚ। ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਇਹ ਸਭ ਨਾ ਹੋਵੇ ਤੇ ਫਿਰ ਜੋ ਮੰਗ ਕਰ ਰਹੇ ਮੰਗ ਮੰਨ ਲਈ ਜਾਵੇ, ਕੰਮ ਹੀ ਖਤਮ ਹੋ ਜਾਵੇ, ਸਾਰੇ ਘਰਾਂ ਵਿਚ ਚਲ ਜਾਣ, ਨਾ ਫਿਰ ਕੋਰੋਨਾ ਆਵੇ ਉੱਥੇ। ਰੌਲਾ ਤਾਂ ਵੈਸੇ ਇਹ ਵੀ ਪਾਇਆ ਸੀ ਕਿ ਕੋਰੋਨਾ ਹਰੇ ਖਾ ਹੀ ਗਏ ਆ, ਇੱਥੇ ਨਾਮ ਹੀ ਨੀ ਕੋਰੋਨੇ ਦਾ ਕੋਈ ਵੀ, ਪਰ ਹਾਲਾਤ ਖਰਾਬ ਹੋ ਸਕਦੇ ਨੇ। ਸੁਪਰੀਮ ਕੋਰਟ ਦਾ ਕਹਿਣਾ ਸਾਨੂੰ ਰਿਪੋਰਟ ਦਿੱਤੀ ਜਾਵੇ ਜਦਕਿ ਪਤਾ ਸਾਰਾ ਕੁਛ ਆ। ਹੁਣ ਇਹ ਨੀ ਸਮਝ ਆਉਂਦੀ ਕਿ ਇਹ ਇਸ ਸਮੇਂ ਤੇ ਕਿਉਂ ਕਰਾਇਆ ਜਾ ਰਿਹਾ, ਜਦੋਂ ਇਸ ਤਰ੍ਹਾਂ ਲੱਗਦਾ ਪਿਆ ਕਿ ਗੱਲ ਅੱਗੇ ਵੱਲ ਵੱਧ ਰਹੀ ਆ, ਜਦੋਂ ਇਸ ਤਰ੍ਹਾਂ ਲੱਗਦਾ ਕਿ ਕੋਈ ਨਾ ਕੋਈ ਸੰਭਾਵਨਾ ਨਿਕਲ ਸਕਦੀ ਆ, ਕੋਈ ਨਾ ਕੋਈ ਏਦਾਂ ਦਾ ਬੰਦਾ ਵਿਚ ਆ ਸਕਦਾ ਜਿਹੜਾ ਹਾਲਾਤ ਠੀਕ ਕਰਾਊਗਾ, ਕਿਉਂਕਿ ਸੋਮ ਪ੍ਰਕਾਸ਼ ਹੋਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਗੱਲਬਾਤ ਟੁੱਟੇ ਨਾ, ਤੇ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਗੱਲਬਾਤ ਟੁੱਟੇ ਨਾ, ਜੇ ਗੱਲਬਾਤ ਚੱਲਦੀ ਰਹੂਗੀ ਤੇ ਤਾਂ ਹੀ ਗੱਲ ਤੁਰਦੀ ਰਹੂਗੀ। ਪਰ ਹੁਣ ਜੇਕਰ ਆਪਾਂ ਏਦਾਂ ਦੀਆਂ ਗੱਲਾਂ ਇਸ ਸਮੇਂ ਤੇ ਕਰੀਏ ਕਿ ਸਾਨੂੰ ਦੱਸਿਆ ਜਾਵੇ ਕਿ ਕੋਰੋਨਾ ਉੱਥੇ ਹੋ ਸਕਦਾ, ਇਹ ਰਿਪੋਰਟ ਹੁਣ ਇਕੱਠੀ ਕਰਨੀ ਬਹੁਤ ਔਖੀ ਹੈ ਕਿਉਂਕਿ ਸਮਾਂ ਬਹੁਤ ਅੱਗੇ ਲੰਘ ਚੁੱਕਿਆ, ਹੁਣ ਤਾਂ ਹਾਲਾਤ ਠੀਕ ਹੋਣ ਵਾਲੂ ਨੇ,
कि मीटिंग दे विच कोई ना कोई नतीजे निकल की संभावना बनती पई आ, उस संभावना नूं कायम रहन दिता जाए, ऐदां दीआं गल्लां ना कीतीआं जाण ते चंगा। माता महिंद्रपाल कौर भी दिल्ली पहुंच गए जी। सुखनैब जी सहज सुभा दे ने, बुजुर्ग शरीर दे ने, इन्नी ठंड विच किसानां दे नाल आके बैठे ने, ए बहुते बहुते लोगों नूं तो पता ही नहीं, पर फिर भी बहुत सारे स्रोते इस वक्त सुनते ने, उन्हां नूं भी पता होना, जे नहीं पता तो यह उही माता ने जिन्हां नूं कहा गया सी एक फिल्मी अदाकार वालों की 100-100 रुपए दे उपर ऐदां दीआं बीबियां धरने विच आउंदीआं ने जी। ते फिर माता ने भी अज धरने विच एक बड़ी वधिया गल कहती, कहिंदे तू 150 लै ला ते आ जा मेरे नाल बैह के दिखा दे, 50 दा वध मिलदी है जी। उन्हें रुपया भी वध दिता, कहिंदे 151 लै ला शगन भी पा दूंगी, पर तू आ तां सही। हुण इथों तक भी कहता कि बालां दे जेकर कुंडल जिहे कढाउणे आ ते नाल बह जा आके, ओ भी इथों कढ देणे इन्हां ने। पहली गल तां गल्लां वैसे भी कढ देणे आ सारे तरहां दे जी, बल तो कई तरह के कढ ही दिते। आपां देखिया कि गीतकारां दा पिछे जिहे पंगे पए सी, उन्हां ने भी चंगे बल कढे, बल पा पा के भी ते, पर इन्हां माता जो माता उत्थे पहुंचे ने, इन्हां दी गल इस करके अज करनी पई है क्योंकि बहुत कुछ सीखण दी लोड़ आ। जिस उम्र विच ये पहुंचे हुए ने, इस उम्र विच घरां विच रहण दी लोड़ हुंदी आ, नौवां धियां पोतियां पोतियां नाल खेडण दी उम्र हुंदी आ, बजुर्ग घर दा सरमाया हुंदे ने, पर अज धरने ते आउण दी जरूरत पहुंच गई। हुण उन्हां नाल जदों गलबात कीती तां उह कहिंदे सी कि लोकां तों जो प्यार सत्कार मिलिया आखरी दम तक मैं भुल नहीं सकदी। किसानी हितां लई जूझण दी प्रेरणा दिंदी इह गल हुण सानूं, क्योंकि अंदोलन विच हर वर्ग दे लोक पहुंचे ने, हर उम्र दे लोक पहुंचे ने। उन्हां विच बीबी महिंद्र कौर ने, इह जिन्हां दी उम्र तकरीबन 80 साल दे करीब हैगी आ, उपर ही होणी वैसे तां, पुछिया सी उह कहिंदे उन्हां दिनां विच कित्थों पुत पता सी इह चीजां बारे। हुण कंगना रणौत ने जदों उन्हां नूं मंदे बोल बोले, हुण किस तरह सोशल मीडिया दे उपर उह चीज वायरल हुई ते किस तरह उन्हां दा विरोध होया, ਉਹ ਵੀ ਚਲੋ ਹੁਣ ਮੈਨੂੰ ਲੱਗਦਾ ਕਿ ਰਾਜਨੀਤੀ ਵਿਚ ਜਗ੍ਹਾ ਬਣਾਉਣ ਦਾ ਕੰਮ ਜਿਹਾ ਕਰਦੀ ਪਈ ਹੈ, ਕਿਉਂਕਿ ਪਿੱਛੇ ਜਿਹੇ ਮਹਾਰਾਸ਼ਟਰ ਵਿਚ ਵੀ ਇੱਕ ਫਿਲਮੀ ਅਦਾਕਾਰ ਉੱਠੀ ਸੀ ਤੇ ਉਹ ਕਾਂਗਰਸ ਵਿਚ ਚਲ ਗਈ, ਤੇ ਜਦੋਂ ਦੇਖਿਆ ਉਧਰ ਗੱਲ ਨਹੀਂ ਬਣੀ ਤੇ ਫਿਰ ਬੀਜੇਪੀ ਚ ਚਲ ਗਈ, ਤੇ ਬੀਜੇਪੀ ਚ ਫੇਰ ਜਾ ਕੇ ਹੁਣ ਬੀਬੀਆਂ ਇਹ ਉੱਥੇ ਦੋਨੇ ਲੜ ਪਈਆਂ। ਉਹ ਕਹਿੰਦੀਆਂ ਵੀ ਉਦੋਂ ਏਦਾਂ ਕੀਤਾ ਸੀ, ਏਦਾਂ ਕੀਤਾ ਸੀਗਾ, ਚਲੋ ਉਹਨਾਂ ਦੀ ਇਹ ਲੜਾਈ ਲੜਦੀ ਰਹਿਣੀ ਹੈ, ਪਰ ਆਪਣੇ ਲਈ ਪਲੇਟਫਾਰਮ ਮੈਨੂੰ ਲੱਗਦਾ ਹੈ ਕਿ ਉਹ ਕੁੰਡਲ ਵਾਲਾਂ ਵੱਲੋਂ ਵੀ ਤਿਆਰ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿਚ। ਹਾਲਾਂਕਿ ਲੋਕਾਂ ਨੇ ਹੁਣ ਇਹ ਵੀ ਕਹਿ ਤਾ ਕਿ ਉਹਨਾਂ ਨੇ ਫਿਲਮਾਂ ਤੁਸੀਂ ਦੇਖਣੀਆਂ ਨੀ, ਬਾਈਕਾਟ ਕਰ ਦੋ, ਆਉਣ ਵਾਲੀ ਆ ਥੋੜੇ ਦਿਨ ਤੱਕ, ਹੁਣ ਉਹਨੂੰ ਦੇਖਦੇ ਕਿੱਦਾਂ ਦਾ ਹੁੰਗਾਰਾ ਮਿਲਦਾ। ਪਰ ਬੀਬੀ ਮਹਿੰਦਰ ਕੌਰ ਹੁਣਾਂ ਦਾ ਜੋ ਮਿਹਨਤ ਸੀ, ਇਹਨਾਂ ਨੇ ਸੰਘਰਸ਼ ਕੀਤਾ, ਉਸ ਗੱਲ ਨੂੰ ਲੈ ਕੇ ਸਾਹਮਣੇ ਆਏ, ਅੱਜ ਉਸ ਅੰਦੋਲਨ ਵਿਚ ਬੈਠੇ ਨੇ, ਟਰੈਕਟਰ ਮਾਰਚ ਜਦੋਂ ਸ਼ੁਰੂ ਹੁੰਦਾ ਤੇ ਉੱਥੇ ਦਿਖਾਈ ਦਿੱਤੇ, ਤੇ ਉਹਨਾਂ ਦਾ ਕਹਿਣਾ ਸੀ ਮੈਂ ਨਾਲ ਆ ਜਦੋਂ ਤੱਕ ਮੈਂ ਹਾਰਦੀ ਨੀ, ਉਮਰ ਦੀ ਮਤਲਬ ਉਮਰ ਦੇ ਤੌਰ ਤੇ ਨੀ ਹਾਰਦੀ, ਏਦਾਂ ਨੀ ਹਾਰਦੀ, ਜਦੋਂ ਤੱਕ ਮੇਰੀ ਸਾਹ ਨਾਲ ਨੇ ਉਦੋਂ ਤੱਕ ਮੈਂ ਕਿਸਾਨਾਂ ਦੇ ਨਾਲ ਆ। ਨੌਜਵਾਨਾਂ ਲਈ ਇਹ ਬੜਾ ਸੰਦੇਸ਼ ਦੇਣ ਵਾਲੀ ਗੱਲ ਆ, ਸਿੱਖਣ ਦੀ ਲੋੜ ਆ, ਕਿਉਂਕਿ ਬਹੁਤ ਸਾਰੇ ਨੌਜਵਾਨ ਅੱਜ ਵੀ ਉਸ ਟਰੈਕਟਰ ਮਾਰਚ ਵਿਚ, ਸਕੈਬ ਜੀ ਇੱਕ ਗੱਲ ਰਹਿ ਗਈ, ਟਰੈਕਟਰ ਮਾਰਚ ਵਿਚ ਪੰਜਾਬ ਵਿਚ ਵੀ ਜਾਂ ਕਿਤੇ ਵੀ ਆਪਾਂ ਗੱਲ ਕਰ ਲਈਏ, ਜ਼ਿਆਦਾਤਰ ਪੰਜਾਬ ਵਿਚ ਹੀ ਕਰਦੇ ਹਾਂ, ਕਿ ਨੌਜਵਾਨ ਜਦੋਂ ਟਰੈਕਟਰ ਤੇ ਬੈਠਦੇ ਨਾ, ਪਹਿਲੀ ਗੱਲ ਤਾਂ ਗਾਣਾ ਉੱਚੀ ਜਿਹਾ ਛੱਡਿਆ ਹੁੰਦਾ, ਤੇ ਇੱਕ ਦੋ ਨੀ ਵੀ 4-5 ਬੈਠੇ ਹੁੰਦੇ ਆ, ਤੇ ਹੁੱਲੜਬਾਜ਼ੀ ਵੀ ਹੁੰਦੀ ਆ, ਗਾਣੇ ਉੱਚੀ ਹੁੰਦੇ ਆ, ਪਰ ਇਸ ਅੰਦੋਲਨ ਵਿਚ ਇਹ ਚੀਜ਼ ਬਿਲਕੁਲ ਨੀ ਦੇਖਣ ਨੂੰ ਮਿਲੀ। ਅੱਜ ਮਾਰਚ ਵਿਚ ਵੀ ਇਹ ਚੀਜ਼ ਬਿਲਕੁਲ ਨੀ ਦੇਖਣ ਨੂੰ ਮਿਲੀ, ਜੇ ਭਾਵੇਂ 3-3, 4-4 ਬੈਠੇ ਜ਼ਰੂਰ ਸੀ ਟਰੈਕਟਰਾਂ ਉਪਰ, ਪਰ ਸ਼ਾਂਤਮਈ ਤਰੀਕੇ ਨਾਲ ਸੀ, ਗਾਣੇ ਜੇਕਰ ਲੱਗੇ ਵੀ ਸੀਗੇ ਤਾਂ ਉਹ ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ ਸੀਗੇ। ਜਿਸ ਕਰਕੇ ਜੇਕਰ ਹੁਣ ਆਪਾਂ ਇਹੀ ਕਹੀਏ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਵੀ ਅਨੁਸ਼ਾਸਨ ਵਿਚ ਰਹਿਣਾ, ਉਸ ਅੰਦੋਲਨ ਵਿਚ ਸਿੱਖਿਆ, ਇਹ ਨਹੀਂ ਕਿਹਾ ਜਾ ਸਕਦਾ ਕਿ ਭਟਕ ਗਏ ਨੇ ਨੌਜਵਾਨ, ਬਹੁਤ ਕੁਝ ਸਿੱਖਦੇ ਪਏ ਨੇ। ਕਈ ਤਾਂ ਇੱਦਾਂ ਦੇ ਵੀ ਨੇ ਜਿਹੜੇ ਕਹਿੰਦੇ ਅਸੀਂ ਘਰਾਂ ਚ ਰੋਟੀ ਕਦੀ ਬਣਾਈ ਨੀ, ਪਰ ਇਹ ਚ ਸਾਨੂੰ ਪਤਾ ਲੱਗ ਗਿਆ ਰੋਟੀ ਬਣਾਈ ਦੀ ਕਿੱਦਾਂ, ਸਬਜ਼ੀ ਕਹਿੰਦੇ ਸਬਜ਼ੀ ਤੱਕ ਨੀ ਕੱਟੀ ਦੀ ਸੀ, ਕਈਆਂ ਦੇ ਕਈਆਂ ਕੁਈਆਂ ਲੈ ਖੇਤਾਂ ਨੂੰ ਕਹਿੰਦੇ ਸਵੇਰੇ ਚੱਲ ਜਾਈਦਾ ਸੀ, ਪਰ ਗੋਭੀ ਜਦੋਂ ਕੱਟੀ, ਗਾਜਰਾਂ ਜਦੋਂ ਕੱਟੀਆਂ, ਬਤਾਊ ਕਿੱਦਾਂ ਕੱਟੀ ਦੇ ਆ, ਇਹ ਤਾਂ ਕਹਿੰਦੇ ਇੱਥੇ ਪਤਾ ਲੱਗਾ ਖਲਾਉਣੀ ਵੀ ਤੇ ਬਹਿਣਾ ਵੀ ਸੰਗਤ ਪੰਗਤ ਵਿਚ ਕਿਸ ਤਰ੍ਹਾਂ ਆ। ਸੋ ਮਾਤਾ ਹੁਣੀ ਅੱਜ ਉੱਥੇ ਪਹੁੰਚੇ ਸੰਘਰਸ਼ ਵਿਚ ਕਈ ਦਿਨ ਤੋਂ, ਅੱਜ ਜਿਸ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਆ, ਇਹ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ, ਕਿਉਂਕਿ ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ, ਉਹਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਨੇ ਜਿਹੜੇ ਕਹਿੰਦੇ ਆ ਕਿ ਹੁਣ ਲੱਤਾਂ ਬਾਹਾਂ ਦੁਖਦੀਆਂ, ਹੁਣ ਅਸੀਂ ਘਰਾਂ ਚ ਹੀ ਬਹਿ ਲਈਏ, ਸੈਰ ਕਰਨ ਦਾ ਬਹਾਨਾ ਵੀ ਲਾ ਕੇ ਤੇ ਸਵੇਰ ਨੂੰ ਉੱਠਦੇ ਨੀ, ਪਰ ਸਿੱਖਣ ਦੀ ਲੋੜ ਆ ਇਸ ਬੁਢਾਪੇ ਵਿਚ ਬਿਰਧ ਸਰੀਰ ਕਿਸ ਤਰ੍ਹਾਂ ਉਸ ਅੰਦੋਲਨ ਵਿਚ ਪੂਰਾ ਸਾਥ ਦੇ ਰਿਹਾ, ਇਹ ਸੱਚਮੁੱਚ ਹੀ ਪ੍ਰੇਰਨਾ ਦਾ ਇੱਕ ਗੱਲ ਹੈ। ਸਹੀ ਗੱਲ ਤੁਹਾਡੀ, ਪ੍ਰੇਰਨਾ ਕਿੱਥੋਂ ਕਿੱਥੋਂ ਮਿਲਦੀ ਹੈ ਇਹ ਵੀ
ਦੇਖਣ ਵਾਲੀ ਗੱਲ ਹੈ। ਮੈਨੂੰ ਵੀ ਮਿਲ ਕੇ ਹਟੀ ਆ ਹੁਣੇ ਪ੍ਰੇਰਣਾ। ਤੇ ਬਰਡ ਫਲੂ ਨੂੰ ਦੇਖਦੇ ਹੋਏ ਪੰਜਾਬ ਦੇ ਵਿਚ ਹਾਈ ਅਲਰਟ ਹੈ, ਪਰ ਨਾਲ ਇਹ ਹੈ ਜੀ ਕਿ ਇੱਕ ਮੰਤਰੀ ਆਖਿਆ ਕੋਈ ਰੌਲਾ ਹੀ ਨਹੀਂ ਬਰਡ ਫਲੂ ਵਾਲਾ ਪੰਜਾਬ ਚ। ਬਿਲਕੁਲ ਜੀ, ਕੋਈ ਰੌਲਾ ਤਾਂ ਕਹਿੰਦੇ ਹੈ ਨੀਗਾ, ਪਰ ਹਾਈ ਅਲਰਟ ਕਰਨਾ ਪੈਣਾ ਕਿਉਂਕਿ ਸੈਂਪਲ ਜਾਨਵਰਾਂ ਦੇ ਲਏ ਜਾ ਰਹੇ ਨੇ, ਪੰਛੀਆਂ ਦੇ ਵੀ। ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ, ਕੇਰਲ ਵਿਚ ਵੀ ਲੱਖ ਦੇ ਕਰੀਬ ਹੋ ਚੁੱਕੀ ਹੈ ਗਿਣਤੀ ਪੰਛੀਆਂ ਦੇ ਮੌਤਾਂ ਦੀ, ਤੇ ਕਈ ਸੂਬਿਆਂ ਵਿਚ ਪੁਸ਼ਟੀ ਵੀ ਹੋ ਗਈ ਆ। ਪਰ ਪੰਜਾਬ ਵਿਚ ਅਜੇ ਸੈਂਪਲ ਜ਼ਰੂਰ ਲਏ ਗਏ ਨੇ, ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ। ਹੁਣ ਇਕ ਗੱਲ ਹੋਰ ਆ ਕਿ ਇਸ ਬਿਜ਼ਨਸ ਨਾਲ ਸੰਬੰਧਿਤ ਲੋਕਾਂ ਤੇ ਕਾਫੀ ਅਸਰ ਪੈ ਗਿਆ, ਕਿਉਂਕਿ ਦੱਸ ਰਹੇ ਆ ਕਿ ਮੰਗ ਘਟ ਗਈ ਆ, ਕਿਉਂਕਿ ਦੂਜੇ ਸੂਬਿਆਂ ਤੋਂ ਵੀ ਸਰਕਾਰ ਨੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਕਿ ਦੂਜੇ ਸੂਬਿਆਂ ਤੋਂ ਵੀ ਇਸ ਤਰ੍ਹਾਂ ਦਾ ਪ੍ਰੋਡਕਟ ਹੁਣ ਨਹੀਂ ਆਊਗਾ, ਮੁਰਗੀਆਂ ਨਹੀਂ ਆਊਗੀਆਂ, ਜਾਂ ਹੋਰ ਵੀ ਪੰਛੀ ਜੇਕਰ ਆਉਂਦੇ ਸੀ ਤਾਂ ਉਹ ਤੇ ਬੈਨ ਆ, ਅੰਡੇ ਵੀ ਉਹਨਾਂ ਵਿਚ ਆਉਂਦੇ ਆ। ਪੋਲਟਰੀ ਦਾ ਫਿਰ ਬਹੁਤ ਮੰਦਾ ਹੋ ਗਿਆ ਜੀ, ਕਿਉਂਕਿ ਪਹਿਲਾਂ ਕੋਰੋਨਾ ਦਾ ਕਰਕੇ ਵੀ ਮਾਰਚ ਤੋਂ ਬਾਅਦ ਜਿਹੜੇ ਅਲਾਟ ਸੀਗੇ ਉਹ ਇਕ ਵਾਰ ਤਾਂ ਇਹ ਸੀ ਕਿ ਲੋਕ ਭਾਲਦੇ ਸੀ ਚਿਕਨ ਮਿਲ ਨਹੀਂ ਰਿਹਾ ਸੀ, ਪਰ ਇਕ ਵਾਰੀ ਇਹੋ ਜਿਹੇ ਵੀ ਹਾਲਾਤ ਸੀ ਕਿ ਕੋਈ ਖਰੀਦ ਨਹੀਂ ਰਿਹਾ ਸੀ। ਹਾਂਜੀ, ਹੁਣ ਵੀ ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ ਬਣਦੇ ਪਏ ਨੇ, ਤੇ ਗਾਈਡਲਾਈਨ ਭਾਵੇਂ ਸਰਕਾਰ ਨੇ ਜਾਰੀ ਕਰ ਦਿੱਤੀਆਂ। ਹੁਣ ਦੇਖੋ ਪੰਛੀਆਂ ਦੇ ਨਮੂਨੇ ਲੈ ਰਹੇ ਆ, ਅਜੇ ਕੇਸ ਤਾਂ ਭਾਵੇਂ ਕੋਈ ਆਇਆ ਨਹੀਂ, ਪਰ ਸਰਕਾਰ ਤਿਆਰੀਆਂ ਕਰ ਰਹੀ ਹੈ ਕਿ ਸਥਿਤੀ ਨਾਲ ਨਜਿੱਠਿਆ ਜਾਵੇ ਆਉਣ ਵਾਲੇ ਸਮੇਂ ਵਿਚ, ਕੋਈ ਏਦਾਂ ਦੀ ਸਮੱਸਿਆ ਐਮਰਜੈਂਸੀ ਆ ਜਾਂਦੀ ਆ ਤੇ ਅਸੀਂ ਤਿਆਰ ਰਹੀਏ। ਵਣ ਅਤੇ ਵਣ ਜੀਵ ਮਹਿਕਮੇ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਵਪਾਰ ਤੇ ਅਸਰ ਜ਼ਰੂਰ ਪਿਆ, ਬਾਹਰੀ ਸੂਬਿਆਂ ਤੋਂ ਸਪਲਾਈ ਬੰਦ ਕਰ ਦਿੱਤੀ ਗਈ ਆ, ਇਹ ਵੀ ਖਾਸ। ਇੱਕ ਹੋਰ ਜਿਹੜੀ ਖਾਸ ਗੱਲ ਕਹੀ ਗਈ ਹੈ ਉਹ ਇਹ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ। ਪਿਛਲੀ ਵਾਰ ਵੀ ਜਦੋਂ ਪਰਾਰ ਰੌਲਾ ਪਿਆ ਸੀ ਇਸ ਚੀਜ਼ ਦਾ, ਤਾਂ ਸੋਸ਼ਲ ਮੀਡੀਆ ਦੇ ਉੱਪਰ ਹੀ ਚਲੋ ਇਹ ਅਫਵਾਹਾਂ ਫੈਲਦੀਆਂ, ਉਦੋਂ ਵੀ ਕਹਿ ਤਾ ਗਿਆ ਕਿ ਇਸ ਤਰ੍ਹਾਂ ਦੀ ਚੀਜ਼ ਖਾਣ ਨਾਲ, ਜਾਨਵਰ ਪੰਛੀ ਖਾਣ ਨਾਲ ਬਿਮਾਰੀ ਜਲਦੀ ਫੈਲ ਜਾਊਗੀ। ਤੇ ਦੇਖਿਆ ਸੀ ਅਸੀਂ ਕਿ ਜਿਹੜੀ ਚੀਜ਼ 130-140 ਰੁਪਏ ਜਾਂ 150 ਰੁਪਏ ਕਿਲੋ ਵਿਕਦੀ ਸੀ ਉਹ 30-40 ਰੁਪਏ ਦੀ ਵਿਕਣ ਲੱਗ ਪਈ ਸੀ, ਕਈ ਜ਼ਿਲ੍ਹਿਆਂ ਵਿਚ ਤਾਂ ਉਹ 20 ਰੁਪਏ ਕਿਲੋ ਵੀ ਵਿਕ ਗਈ ਸੀ। ਪਰ ਇਸ ਉਹਦੇ ਨਾਲ ਵੀ ਕਾਫੀ ਵਪਾਰ ਤੇ ਅਸਰ ਪਿਆ ਸੀ ਤੇ ਹੁਣ ਵੀ ਵਪਾਰ ਤੇ ਕਾਫੀ ਅਸਰ ਪੈਣ ਦੀ ਸੰਭਾਵਨਾ। ਹਾਲਾਂਕਿ ਮੱਧ ਪ੍ਰਦੇਸ਼ ਵਿਚ ਅਜੇ ਪੰਛੀਆਂ ਦੀ ਗਿਣਤੀ ਮੌਤਾਂ ਦੀ 500 ਦੇ ਕਰੀਬ ਹੋ ਗਈ ਆ, ਹਿਮਾਚਲ ਪ੍ਰਦੇਸ਼ ਵਿਚ ਵੀ 4,000 ਦੇ ਕਰੀਬ ਪੰਛੀਆਂ ਦੀ ਮੌਤ ਹੋ ਗਈ ਹੈ, ਪਰ ਪੰਜਾਬ ਦੇ ਵਿਚ 3600 ਦੀ ਸੈਂਪਲ ਲੈ ਗਏ ਨੇ। ਵੈਸੇ ਮੌਤ ਅਜੇ ਕੋਈ ਵੀ ਏਦਾਂ ਦੀ ਨਹੀਂ ਹੋਈ ਤੇ ਹਾਈ ਅਲਰਟ ਜ਼ਰੂਰ ਕਰ ਦਿੱਤਾ ਗਿਆ ਤਾਂ ਕਿ ਲੋਕ ਪਹਿਲਾਂ ਹੀ ਤਿਆਰ ਰਹਿਣ। ਵੈਸੇ ਇਹ ਪਹਿਲੀ ਵਾਰ ਵੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਬਰਡ ਫਲੂ ਨੂੰ ਲੈ ਕੇ, ਕਿਉਂਕਿ ਇਹ ਵੀ ਵਾਇਰਸ ਇਸੇ ਸਮੇਂ ਦੇ ਦੌਰਾਨ ਫੈਲਦਾ ਤੇ ਕਿਸੇ ਵੇਲੇ ਸਥਿਤੀ ਗੰਭੀਰ ਹੁੰਦੀ ਹੈ, ਪਰ ਇਸ ਵਾਰ ਲੱਗਦਾ ਕਿ ਹਲਕੇ ਦੇ ਵਿਚ ਹੀ ਲੰਘ ਜਾਊਗਾ ਸਾਰਾ ਕੁਝ, ਕਿਉਂਕਿ ਬਹੁਤੀ ਅਜੇ ਗੰਭੀਰ ਸਥਿਤੀ ਨਹੀਂ ਹੋਈ ਜੀ। ਇਹ ਵੀ ਚੰਗੀ ਗੱਲ ਹੈ ਜੀ ਕਿ ਗੰਭੀਰ ਨਾ ਬਣੇ, ਕਿਉਂਕਿ ਕਾਰੋਬਾਰ ਹੈ ਜਿਹੜਾ ਬਹੁਤ ਪਾਸਿਓਂ ਬਹੁਤ ਸਾਰੇ ਲੋਕਾਂ ਦਾ ਪ੍ਰਭਾਵਿਤ ਹੋਇਆ ਸੀ ਕੋਰੋਨਾ ਦੇ ਕਰਕੇ। ਸੁਖਨੈਬ ਜੀ, ਉਦਾਂ ਵੀ ਬਹੁਤ ਸਾਰਾ ਕਾਰੋਬਾਰ ਪ੍ਰਭਾਵਿਤ ਹੋਇਆ ਸੀ। ਭਾਰਤ ਵਿਚ ਹੀ ਦੇਖ ਲਈਏ ਕਿਸ ਤਰ੍ਹਾਂ ਦਾ ਮਜ਼ਦੂਰਾਂ ਨਾਲ ਕਿਸ ਤਰ੍ਹਾਂ ਹੋਇਆ, ਮਜ਼ਦੂਰ ਛੱਡ ਕੇ ਚਲ ਗਏ, ਇੰਡਸਟਰੀ ਸਾਰੀ ਬੰਦ ਹੀ ਹੋ ਗਈ, ਤੇ ਮਜ਼ਦੂਰਾਂ ਨੂੰ ਜਾਣ ਲਈ ਕਿਸੇ ਤਰ੍ਹਾਂ ਦੀ ਕੋਈ ਪ੍ਰਬੰਧ ਵੀ ਨਹੀਂ ਕੀਤੇ ਗਏ ਸੀ, ਵਿਚਾਰੇ ਅੱਧੇ ਤਾਂ ਜਾਂਦੇ ਜਾਂਦੇ ਮੌਤ ਦੇ ਮੂੰਹ ਵਿਚ ਵੀ ਚਲ ਗਏ ਸੀ। ਹਾਲਾਤ ਤਾਂ ਵਪਾਰ ਤੇ ਬਹੁਤ ਅਸਰ ਉਦੋਂ ਵੀ ਹੋਇਆ ਸੀ ਤੇ ਹੁਣ ਵੀ ਇਸ ਮੁਰਗੀ ਦੇ ਵਪਾਰ ਦੇ ਉੱਪਰ ਅਸਰ ਪੈਣ ਦੀ ਸੰਭਾਵਨਾ ਹੈ ਪੋਲਟਰੀ ਫਾਰਮ ਦੇ ਉੱਪਰ ਜੀ। ਇਹ ਵੀ ਸਹੀ ਹੈ ਤੁਹਾਡੀ ਗੱਲ। ਤੇ ਇਟਲੀ ਤੋਂ ਖਬਰ ਹੈ ਜੀ ਕਿ 2020 ਚ 200 ਤੋਂ ਵੱਧ ਲੋਕਾਂ ਦੀ ਤੁਰੇ ਜਾਂਦਿਆਂ ਦੀ ਮੌਤ ਹੋਈ। ਇਹ ਦਰਅਸਲ ਉਹ ਲੋਕ ਸੀ ਤੁਰੇ ਜਾਂਦੇ ਜੋ ਧਿਆਨ ਨਾਲ ਨਹੀਂ ਤੁਰਦੇ, ਜਾਂ ਫਿਰ ਇਹ ਕਹਿ ਲੋ ਕਿ ਫੋਨ ਤੇ ਲੱਗੇ ਹੋਊਗੇ। ਹੁਣ ਇੱਕ ਸਰਵੇ ਹੋਇਆ ਉੱਥੇ ਦੀ ਟ੍ਰੈਫਿਕ ਪੁਲਿਸ ਨੇ, AMAP ਆ ਉਹਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਵਿਚ 150 ਬੰਦਾ ਏਦਾਂ ਦਾ ਸੀ ਜਿਹੜੇ ਮਰਦ ਸੀਗੇ ਜਿਨ੍ਹਾਂ ਨੇ ਕੰਨਾਂ ਨੂੰ ਫੋਨ ਲਾਏ ਹੋਏ ਸੀ ਤੇ ਗੱਲਬਾਤ ਕਰਕੇ ਰਸਤੇ ਜਾ ਰਹੇ ਸੀ। ਹਾਲਾਂਕਿ ਹਰ ਇੱਕ ਦੇਸ਼ ਦੇ ਵਿਚ ਜਦੋਂ ਪੈਦਲ ਬੰਦਾ ਜਾਂਦਾ ਤੇ ਖਾਸ ਕਰ ਵਿਦੇਸ਼ ਵਿਚ ਉਹ ਲਈ ਖਾਸ ਤਰ੍ਹਾਂ ਦੇ ਰੂਲ ਹੁੰਦੇ ਆ, ਉਹ ਸਖ਼ਤ ਹੁੰਦੇ ਆ। ਤੁਸੀਂ ਵੀ ਦੇਖਿਆ ਹੋਣਾ ਕਿ ਉਹਨਾਂ ਦੇ ਰੂਲ ਵੱਖਰੇ ਹੁੰਦੇ, ਉਹਨਾਂ ਦੀ ਲਾਈਨ ਵੀ ਵੱਖਰੀ ਹੁੰਦੀ ਆ, ਸਖ਼ਤ ਹੁੰਦੀ ਆ। ਜੇਕਰ ਉਹਨਾਂ ਸੜਕ ਵੀ ਕ੍ਰੋਸ ਕਰਨੀ ਤਾਂ ਆਲੇ ਦੁਆਲੇ ਕਿਸ ਤਰ੍ਹਾਂ ਗੱਡੀਆਂ ਰੁਕ ਜਾਂਦੀਆਂ ਤੇ ਸੈਂਟਰ ਦੇ ਵਿਚ ਲਾਈਨ ਬਣੀ ਹੁੰਦੀ ਆ, ਬਿਲਕੁਲ ਤਰਤੀਬ ਨਾਲ ਤੁਰਦੇ, ਸਾਡੇ ਵਾਂਗੂ ਨਹੀਂ ਕਿ ਮਾੜੇ ਜਾ ਇਧਰਲਾ ਪਾਸਾ ਟੱਪ ਲਈਏ ਤੇ ਪੁਲ ਇਧਰੋਂ ਖੰਭਾ ਜਾ ਟੱਪ ਕੇ ਪਰਲੇ ਪਾਸੇ ਚਲ ਜਾਈਏ। ਪਰ ਉੱਥੇ ਫਿਰ ਵੀ ASAP ਪੁਲਿਸ ਪ੍ਰਸ਼ਾਸਨ ਆ, ਉਹਨਾਂ ਨੇ ਦੱਸਿਆ ਕਿ 150 ਬੰਦਾ ਤੁਰਿਆ ਜਾ ਰਿਹਾ ਸੀ, ਉਹ ਫੋਨ ਤੇ ਲੱਗੇ ਸੀ ਜਾਂ ਧਿਆਨ ਭਟਕ ਗਿਆ, ਤੇ 100 ਦੇ ਕਰੀਬ ਬੀਬੀਆਂ ਸੀ ਉਹ ਵੀ ਏਦਾਂ ਹੀ ਹੋਈਆਂ। ਇਹ ਉਹ ਘਟਨਾਵਾਂ ਨੀ ਜਿਹੜੀਆਂ ਐਕਸੀਡੈਂਟ ਵਿਚ ਹੁੰਦੀਆਂ, ਮੌਤ ਤਾਂ ਹਰ ਇੱਕ ਮਾੜੀ ਆ,
दुखदाई भी होंगी है, पर एदे विच इना लोकां दी अपनी ही गलती सी। ये खबर इस करके ली है कि बहुत सारे लोग तुरे जांदे फोन ते गलबात करदे रहिंदे ने। जलंधर विच भी कई जगह इदा देखण नूं मिलदा कि कुछ क गड्डियां ना शाम सवेरे आउंदियां जी, लोग पटड़ी ते तुरे जांदे हुंदे आ, लोग पटड़ी ते तुरे जांदे हुंदे आ, कन्ना विच हैडफोन लगाए हुंदे आ, ते जां फिर दो तीन दोस्त मित्र एक जना फोटो खिंचदा हुंदा ते एक दो लम्मे पए हुंदे आ कि भाई इत्थे फोटो खिंच दे। इदां दी कई तां इदां दे भी केस होए ने कि गाणियां दे उपर टिकटॉक दा जदों समां सी ओहदे उपर बहुत सारे केस इदां दे होए कि चलदी गड्डी स्पीड ना पिछों आउंदी आ ते अग्गे नूं छाल मारन दी कोशिश करदे कि मेरे व्यू वध आउगे, ते मौतां उदों भी बहुत होईयां सी। बिलकुल सही गल सही। इधरों बरनाले की गल कर लिए, इत्थे भी रेलवे ट्रैक दे उत्ते इक जा रहे सी मुंडे, उन्हां दे कन्नां दे विचों डीटियां जड़ाईयां सी, कोई गीत सुनदे जांदे होणे आ, गड्डी दी जिहड़ी विसल आ जां हारन आ ओह नहीं सुनिया, ते उदों बाद किसे ने चीख भी नहीं सुनी। फिर ते इको सैल्फी जी वाला काम जिहड़ा घटिया वा, है ना जी, अगे पता नहीं करोना करके घट गया, सैल्फी लैण दे चक्कर च बड़ियां मौतां हुंदियां सी पहलां, ओह अंकड़े थोड़े जे घट आ रहे ने, चंगी गल आ वैसे। ओह बिल्कुल चंगी गल आ जी कि सैल्फी लैण वालियां दे मौतां दी गिनती घटी, अंकड़ा घटिया, पर कई ने तां मुंह ही बिंगे करा ले सी उस दौर दे विच, पता नहीं किदा बिंगे टेढ़े जिहे हो के फोटो जिहियां करवाउंदे हुंदे, समझ नहीं लगती हुंदी सी कि एक फोटो करवाउंदे पए जां इधरले पासे दाड़ दूड़ दुखदी आ। पर यह जरूर आ कि उस तरह दे खबरां घट आईयां, उहदा इक कारण भी हो सकदा ना कि कई लोग वख वख जगह ते घूमण जांदे आ ते उह कई इलाके बंद कीते सी, ਵੱਖ ਵੱਖ ਸੂਬਿਆਂ ਨੇ ਕੋਰੋਨਾ ਕਰਕੇ ਵੀ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਇਹਨਾਂ ਇਲਾਕਿਆਂ ਵਿਚ ਘੁੰਮਣ ਨਾ ਆਇਆ ਜਾਵੇ, ਤੇ ਇਹਦੇ ਕਰਕੇ ਵੀ ਹੋ ਸਕਦਾ। ਬਾਕੀ ਇਟਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ 220 ਦੇ ਵਿਚ 20 ਲੋਕ ਹਾਦਸੇ ਵਿਚ ਮਰ ਗਏ ਨੇ। 20 ਲੋਕ ਹਰ ਸਾਲ ਉਹ ਹੁੰਦੇ ਨੇ ਜਿਹੜੇ ਅਨਸੈਸਰੀ, ਜਿਨ੍ਹਾਂ ਦੀ ਮੌਤ ਐਕਸੀਡੈਂਟਲ ਨਹੀਂ ਹੁੰਦੀ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਹੁੰਦੀ ਆ, ਔਰ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ मानसिक तौर ते बहुत दुख दिंदियां, परिवारां नूं भी विछोड़े बहुत बुरे हुंदे ने, पर अपने आप कीती गलती उह ज्यादा माड़ी हुंदी आ। हुण फाटक दे उपर लिख के लगाया हुंदा कि फाटक दे थल्लों दी ना लंघो, गड्डी किसे वेले भी आ सकदी, पर बहुत सारे लोग लंघ जांदे आ, ते इसे तरह दीआं इह घटनावां हुंदियां। बसां विच भी लिखिया हुंदा हत्थ बाहर ना कड्डो, बांह कट्टण दा खतरा है, असीं कई केस देखे आ। हरियाणे दे कोल भी पिछले टोल प्लाजा ते बस लंघण लगी सी, इक बंदा पिछे देखदा सी ते नाल उह सिर ही लिथ गया सीगा। इस तरह दीआं बहुत घटनावां हुंदियां जो ਲੋਕਾਂ ਦੇ ਉੱਪਰ ਨਿਰਭਰ ਕਰਦੀਆਂ ਨੇ, ਉਹਨਾਂ ਨੇ ਹੀ ਇਸ ਚੀਜ਼ ਨੂੰ ਬਚਾਉਣਾ ਹੁੰਦਾ। ਪਰ ਇਟਲੀ ਵਿਚੋਂ ਇਹ ਖ਼ਬਰ ਆਈ ਹੈ, ਇਹ ਦੁਖਦਾਈ ਹੈ ਜੀ। ਬਿਲਕੁਲ, ਖ਼ਬਰ ਕਿਤੋਂ ਵੀ ਆਵੇ ਦੁਖਦਾਈ ਦੁਖਦਾਈ ਹੀ ਹੈ। ਤੇ ਜੀ, ਪੰਜਾਬ ਦੇ ਵਿਚ ਹੁਣ ਸਮਾਰਟ ਮੀਟਰ ਲਾਉਣ ਦੀ ਤਿਆਰੀ ਹੈ, ਤੇ ਦੁਨੀਆਂ ਨਾਲੇ ਫਿਰ ਝੰਡੇ ਲੈ ਕੇ ਇਧਰ ਨੂੰ ਵੀ ਸ਼ੁਰੂ ਹੋਣਗੇ। ਬੀਕੇ ਜੂ ਅਗਰਾਹਾਂ ਵਾਲੇ ਤਾਂ ਤਕਰੀਬਨ ਸਰਗਰਮੀ ਰਹਿੰਦੇ ਇਨ੍ਹਾਂ ਗੱਲਾਂ ਨੂੰ ਲੈ ਕੇ। ਲੱਗਦਾ ਜੀ ਕਿ ਹੁਣ ਇਹ ਮਾਮਲਾ ਵੀ ਉੱਠੂਗਾ, ਕਿਉਂਕਿ ਇਹਦਾ ਤਾਂ खर्चा ही बड़ा आ जाना, कहिंदे 7,000 रुपया लगूगा, पर हुण इह नहीं गल साफ कीती कि 7,000 रुपया कट्ठा देना पऊगा तो हौली हौली देना पऊगा, क्योंकि किश्तां तां सरकार करदी नहीं, किश्तां तां इन्हां नूं आप जे मिलनियां आ, भावां उह GST दीआं होण ते भावां होर होवे, इत्थे तां खजाने ही खाली पए ने। वित्त मंत्री हुणां ने भी फिर कहता एक बारी खजाना खाली आ, चलो मान लिया खाली आ, क्योंकि सूबे ते भार वधिया कोरोना करके काफी पैसे खर्च हो गए हुण सुरक्षा ते, पर आए भी होणे आ, टैक्स भी आउंदे ही आ, ਤੇ ਵੈਸੇ ਵੀ ਕਈ ਚੀਜ਼ਾਂ ਤੋਂ ਇਧਰੋਂ ਉਧਰੋਂ ਵੀ ਪੈਸੇ ਆ ਜਾਂਦੇ ਆ। ਪਰ ਹੁਣ ਆ ਸਮਾਰਟ ਮੀਟਰ ਲਗਾਉਣ ਦੀ ਗੱਲ ਕਹੀ ਜਾ ਰਹੀ ਆ, 7,000 ਰੁਪਏ ਵੀ ਵਸੂਲੇ ਜਾਣਗੇ ਨਾਲ ਮੀਟਰ ਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਅੱਜ ਬਟਨ ਦਬਾ ਕੇ ਉਦਘਾਟਨ ਕਰਨਾ ਇਹ ਮੋਹਾਲੀ ਤੋਂ ਸ਼ੁਰੂ ਹੋਣਾ ਸੀ। 4,00,000 ਲੋਕ ਇਸ ਤਰ੍ਹਾਂ ਦੇ ਹੋਣੇ ਆ ਜਿਨ੍ਹਾਂ ਦੇ ਤੱਕ ਇਹ ਸਕੀਮ ਪਹੁੰਚੇਗੀ ਸ਼ੁਰੂ ਸ਼ੁਰੂ ਵਿਚ। ਕਹਿੰਦੇ ਬਿਜਲੀ ਵਿਭਾਗ ਵਾਲੇ ਹੁਣ PSPCL ਕਿ 2 ਨੰਬਰ ਦਾ ਕੰਮ ਬਹੁਤ ਹੁੰਦਾ, ਬਿਜਲੀ ਦੀ ਕੁੰਡੀ ਬਹੁਤ ਲੱਗ ਰਹੀ ਆ। ਉਹਨਾਂ ਨੇ ਦਾਲ ਅੰਕੜਾ ਵੀ ਦਿੱਤਾ ਕਿ ਪੰਜਾਬ ਵਿਚ 30% ਲੋਕ ਇਸ ਤਰ੍ਹਾਂ ਦੇ ਨੇ ਜੋ ਬਿਜਲੀ ਚੋਰੀ ਕਰਦੇ ਆ। ਜੇ ਬਿਜਲੀ ਚੋਰੀ ਹੁੰਦੀ ਆ ਤੇ ਅਸੀਂ ਕਹਿੰਦੇ ਹੁਣ ਰੋਕ ਦਾਣੀ, ਬਿਲਕੁਲ ਮੀਟਰ ਲਗਾਵਾਂਗੇ, ਸਮਾਰਟ ਮੀਟਰ ਰਿਚਾਰਜ ਹੋਇਆ ਕਰੂਗਾ, ਰਿਚਾਰਜ ਪ੍ਰੀਪੇਡ ਹੋਇਆ ਕਰੂਗਾ ਜਾਂ ਪੋਸਟ ਪੇਡ ਹੋਇਆ ਕਰੂਗਾ, ਮੋਬਾਈਲ ਜਿਹੇ ਵਾਲਾ ਹਿਸਾਬ ਕਰ ਦਿੱਤਾ। ਹੁਣ ਜਿੰਨੀ ਜ਼ਰੂਰਤ ਹੋਊਗੀ ਓਨਾ ਹੀ ਰਿਚਾਰਜ ਹੁਣ ਕਹਿੰਦੇ ਕਰ ਲੂੰਗੇ, ਜਿੰਨੀ ਤੁਹਾਨੂੰ ਲੋੜ ਆ ਤੁਸੀਂ ਓਨੇ ਦਾ ਰਿਚਾਰਜ ਕਰਾ ਲਿਆ, ਓਨੇ ਦੀ ਬਿਜਲੀ ਤੁਹਾਡੇ ਆ ਜਾਣੀ, ਤੇ ਜਦੋਂ ਬਿੱਲ ਖਤਮ ਹੋਣ ਵਾਲਾ ਹੋ ਗਿਆ, ਪੈਸੇ ਮੁੱਕਣ ਵਾਲੇ ਹੋ ਗਏ, ਜਿੱਦਾਂ ਫਿਰ ਮੋਬਾਈਲ ਦੇ ਉੱਪਰ 3-4 ਦਿਨ ਪਹਿਲਾਂ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ, ਤੇ ਇਸੇ ਤਰ੍ਹਾਂ ਹੀ ਸਿਸਟਮ ਤੁਹਾਨੂੰ ਅਲਰਟ ਭੇਜੂਗਾ ਕਿ ਤੁਹਾਡੇ ਖਾਤੇ ਵਿੱਚ ਬਿਜਲੀ ਦਾ ਬਿੱਲ ਖਤਮ ਹੋਣ ਵਾਲਾ ਤੇ ਤੁਹਾਡੇ ਘਰਾਂ ਦੀ ਬੱਤੀ ਗੁੱਲ ਹੋ ਜਾਣੀ ਆ, ਤੇ ਜਿਹੜਾ ਪੈਸੇ ਨਾ ਦਊਗਾ ਉਹਦੇ ਫਿਰ ਗੁੱਲ ਹੋ ਵੀ ਜਾਣੀ ਆ। ਹੁਣ
ਸਰਕਾਰਾਂ ਅੱਗੇ ਤੋਂ ਅੱਗੇ ਵਧੀਆ ਆਪਣੇ ਵੱਲੋਂ ਕਰ ਰਹੀਆਂ, ਪਰ ਕੀ ਹਰ ਇੱਕ ਬੰਦਾ ਹਰ ਇੱਕ ਵਰਗ ਇਸ ਚੀਜ਼ ਨੂੰ ਸਹਾਰ ਲਊਗਾ, ਇੰਨਾ ਖਰਚਾ ਕਰ ਲਊਗਾ? ਕਿਉਂਕਿ 7000 ਰੁਪਏ ਰਕਮ ਥੋੜੀ ਵੱਡੀ ਆ ਜੀ, ਉਹਦੇ ਵਿੱਚ ਕੀ ਸਹੂਲਤ ਦਿੱਤੀ ਜਾਂਦੀ ਹੈ? ਪੰਜਾਬ ਵਿੱਚ ਤਾਂ ਪਹਿਲੇ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਬਿਜਲੀ ਦੇ ਬਿੱਲ ਮਾਫ਼ ਨੇ, ਤੇ ਜੇਕਰ ਉਹਨਾਂ ਪਰਿਵਾਰਾਂ ਨੂੰ ਵੀ ਇਸ ਵਿੱਚੋਂ ਗੁਜ਼ਰਨਾ ਪਿਆ ਤਾਂ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ? ਇੱਥੇ ਤਾਂ ਕਹਿੰਦੇ ਆ ਕਿ ਕਈ ਥਾਣੇ ਦੇ ਵਿੱਚ ਵੀ ਬਿਜਲੀ ਦੀ ਕੁੰਡੀ ਫੜੀ ਸੀ, ਤੇ ਇੱਕ ਵਾਰੀ ਇਧਰਲੇ ਪਾਸੇ ਗੱਲ ਆ ਦੁਆਬੇ ਦੀ, ਉਹ ਇੱਕ ਬਿਜਲੀ ਵਾਲੇ ਦਾ ਚਲਾਨ ਕਰ ਦਿੱਤਾ ਤੇ ਉਹਨੇ ਦੱਸਿਆ ਕਿ ਮੈਂ ਬਿਜਲੀ ਮੁਲਾਜ਼ਮ ਆ, ਕਹਿੰਦੇ ਨਹੀਂ ਵੀ ਚਲਾਨ ਭਰੋ। ਉਹ ਅਗਲੇ ਨੇ ਹੁਸ਼ਿਆਰਪੁਰ ਵਾਲ ਦਾ ਬੰਦਾ ਸੀਗਾ ਉਹ, ਤੇ ਉਹਨੇ ਅਗਲੇ ਦਿਨ ਜਾ ਕੇ ਥਾਣੇ ਦੀ ਬੱਤੀ ਕੱਟ ਦਿੱਤੀ, ਕਹਿੰਦੇ ਬੈਠੋ ਨੇਰੇ ਚ, ਅਸੀਂ ਵੀ ਤਾਂ ਤੁਹਾਨੂੰ ਕਿਹਾ ਸੀਗਾ। ਤੋ ਇਸ ਤਰ੍ਹਾਂ ਦੀਆਂ ਕੁੰਡੀਆਂ ਜੇਕਰ ਏਦਾਂ ਦੀਆਂ ਜਗ੍ਹਾ ਤੇ ਲੱਗੀਆਂ ਹੁੰਦੀਆਂ ਤੇ ਵਿਆਹਾਂ ਵਿਹਾਂ ਤੇ ਵੀ ਤਾਂ ਕਈ ਫਿਰ ਡੀਜੇ ਵਾਲੇ ਕਰ ਹੀ ਲੈਂਦੇ ਏਦਾਂ ਦੇ ਕੰਮ, ਤੇ ਜੁਰਮਾਨਾ ਵੀ ਉਧਰੋਂ ਵੀ ਤਾਂ ਇਕੱਠਾ ਹੁੰਦਾ ਹੀ ਆ ਹਰ ਸਾਲ। ਪਰ ਹੁਣ ਜਿਹੜੀ ਆਹ ਗੱਲ ਨਵੀਂ ਆ ਕਿ ਪ੍ਰੀਪੇਡ ਹੋਊਗਾ ਸਾਰਾ ਕੁਛ, ਇਹ ਪ੍ਰਕਿਰਿਆ ਥੋੜੀ ਜਿਹੀ ਔਖੀ ਹੋ ਸਕਦੀ ਆ ਆਮ ਲੋਕਾਂ ਲਈ, ਕਿਉਂਕਿ ਆਮ ਲੋਕ ਅਜੇ ਤੱਕ ਕਈਆਂ ਦੇ ਘਰਾਂ ਵਿੱਚ ਸਮਾਰਟ ਮੀਟਰ ਤਾਂ ਚਲੋ ਲੱਗੇ ਹੀ ਹੋਏ ਨੇ, ਕਿਉਂਕਿ ਪਿੰਡਾਂ ਦੇ ਵਿੱਚ ਵੀ ਇੱਕ ਖੰਭੇ ਤੇ ਹੀ ਸਾਰਾ ਕੁਛ ਉਹਨੂੰ ਇਕੱਠਾ ਕਰਕੇ ਲਗਾ ਦਿੱਤਾ ਜਾਂਦਾ। ਪਹਿਲਾਂ ਤਾਂ ਘਰਾਂ ਚ ਰੀਡਿੰਗ ਕਰਨ ਆਉਂਦੇ ਹੁੰਦੇ ਸੀ ਤੇ ਹੁਣ ਉੱਥੋਂ ਹੀ ਸਾਰਾ ਕੁਛ ਕਰ ਕੇ ਲੈ ਜਾਂਦੇ ਆ। ਪਰ ਇੱਕ ਤਾਂ ਇਹ ਰਕਮ ਜ਼ਿਆਦਾ, ਦੂਜੀ ਇਹ ਚੁਣੌਤੀ ਹੋ ਸਕਦੀ ਆ ਕਿ ਹਰ ਇੱਕ ਲੋਕਾਂ ਦੇ ਘਰ ਵਿੱਚ ਇਹ ਚੀਜ਼ ਪਹੁੰਚੇਗੀ, ਜੇ ਪਹੁੰਚੇਗੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ? 7000 ਰੁਪਇਆ ਆਮ ਬੰਦੇ ਲਈ ਇਸ ਦੌਰ ਦੇ ਵਿੱਚ ਕੱਢਣਾ ਔਖਾ, ਕਿਉਂਕਿ ਕੋਰੋਨਾ ਕਰਕੇ ਪਹਿਲਾਂ ਹੀ ਬਹੁਤ ਮਾਰ ਪੈ ਗਈ ਆ। ਟੀਚਰਾਂ ਦੀ ਗੱਲ ਕਰੀਏ ਤਾਂ ਸਰਕਾਰ ਤਾਂ ਇਹ ਦਾਅਵਾ ਕਰਦੀ ਪਈ ਆ ਕਿ ਅਸੀਂ ਕਿਸੇ ਮੁਲਾਜ਼ਮ ਦੀ ਕਿਸੇ ਕਰਮਚਾਰੀ ਦੀ ਤਨਖਾਹ ਰੁਕਣ ਨਹੀਂ ਦਿੱਤੀ, ਭਾਵੇਂ ਸਾਡਾ ਖਜ਼ਾਨਾ ਖਾਲੀ ਆ, ਅਸੀਂ ਕਿਤੇ ਨਾ ਕਿਤੇ ਕਰਕੇ ਦਿੱਤੀ ਆ। ਮਨਪ੍ਰੀਤ ਬਾਦਲ ਹੋਰਾਂ ਨੇ ਇਹ ਗੱਲ ਕਹੀ ਆ, ਕਹਿੰਦੇ ਪੁੱਛ ਲਓ ਪੰਜਾਬ ਦੇ ਕਿਸੇ ਮੁਲਾਜ਼ਮ ਦੀ ਤਨਖਾਹ ਰੁਕੀ ਆ, ਤੇ ਦੂਜੇ ਪਾਸੇ ਕਈ ਯੂਨੀਅਨ ਵਾਲੇ ਸੜਕਾਂ ਤੇ ਬੈਠੇ ਆ, ਕਹਿੰਦੇ ਸਾਡੇ ਪੈਸੇ ਨਹੀਂ ਮਿਲੇ, ਭਾਵੇਂ ਉਹ ਆਂਗਨਵਾੜੀ ਵਾਲੇ ਹੋਣ ਤੇ ਜਾਂ ਫਿਰ ਕੋਈ ਹੋਰ ਹੋਣ। ਹੁਣ ਇਹ ਨੀ ਪਤਾ ਲੱਗਦਾ ਕਿ ਝੂਠ ਬੋਲਦਾ ਕੌਣ ਆ। ਪਰ ਆਹ ਜਿਹੜੀ ਪ੍ਰਕਿਰਿਆ ਸਮਾਰਟ ਮੀਟਰ ਲਗਾਉਣ ਦੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀ ਜ਼ਰੂਰ ਪੈਦਾ ਕਰ ਸਕਦੀ ਆ ਜੀ। ਤੇ ਇੱਕ ਗੱਲ ਹੋਰ ਦੱਸਿਓ ਕਿ ਜਿਹੜਾ ਹੁਣ SIT ਵਾਲਾ ਮਾਮਲਾ ਸੀ, ਉਦੋਂ ਸਰਕਾਰ ਨੂੰ ਇਹ ਹੁਕਮ ਹੋ ਗਿਆ ਸੀ ਕਿ ਪੰਜਾਬ ਪੁਲਿਸ ਹੀ ਇਸ ਮਾਮਲੇ ਦੀ ਜਿਹੜੀ ਪੈਰਵੀ ਕਰੂਗੀ, ਅੱਗੇ ਜਾ ਕੇ ਕੇਸ ਨੂੰ ਉਹ ਲੈ ਕੇ ਆਊ, ਤੇ ਉਧਰੋਂ ਜਿਹੜੇ ਮਿਸਟਰ ਖੱਟੜਾ ਸੀ, ਰਣਵੀਰ ਖੱਟੜਾ, ਉਹਦੇ ਬਾਰੇ ਵੀ ਇਹ ਗੱਲ ਕਹਿਤੀ ਸੀ ਕਿ ਇਨ੍ਹਾਂ ਨੂੰ SIT ਦੇ ਮੁਖੀ ਦੇ ਰੂਪ ਦੇ ਵਿੱਚ ਪਾਸੇ ਕੀਤਾ ਜਾਵੇ, ਕਿਉਂਕਿ ਡੇਰਾ ਸਰਸਾ ਨਾਲ ਸੰਬੰਧਿਤ ਜਿਹੜੇ ਲੋਕ ਆ ਉਨ੍ਹਾਂ ਦੀ ਸ਼ਿਕਾਇਤ ਸੀ। ਹੁਣ ਦੇਖੋ ਇਹ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ, ਇੱਥੇ ਦੋ ਗੱਲਾਂ ਨੇ, ਇੱਕ ਮਾਮਲਾ ਤਾਂ ਬੇਅਦਬੀ ਦਾ ਸੀ ਤੇ ਦੂਸਰੇ ਪਾਸੇ ਇੱਕ ਬਹਿਬਲ ਕਲਾਂ ਗੋਲੀਕਾਂਡ ਦਾ ਸੀ, ਦੋਨਾਂ ਹੀ ਪਾਸੇ ਹੀ SIT ਬਿਠਾਈਆਂ ਗਈਆਂ। ਇਹ ਬੇਅਦਬੀ ਮਾਮਲੇ ਵਿੱਚ ਦੀ ਗੱਲ ਕਰਦੇ ਆਪਾਂ, ਅਜੇ ਤੱਕ ਇੰਨਾ ਲੰਬਾ ਸਮਾਂ ਬੀਤ ਗਿਆ, 15 ਦਾ ਮਾਮਲਾ ਚੱਲਦਾ ਪਿਆ, ਜਾਂਚ CBI ਨੂੰ ਸੌਂਪੀ, CBI ਨੇ 3 ਸਾਲ ਬਾਅਦ ਹੱਥ ਖੜੇ ਕਰਤੇ ਕਿ ਸਾਡੇ ਹੱਥ ਬਸ ਕੁਛ ਨੀ ਜਾਂ ਸਾਨੂੰ ਲੱਭਾ ਨੀ, ਚਲੋ ਇਹ ਤਾਂ ਉਹਨੇ ਨਹੀਂ ਕਿਹਾ, ਪਰ ਇਹ ਜ਼ਰੂਰ ਕਹਿਤਾ ਕਿ ਸਾਨੂੰ ਕੁਛ ਮਿਲੇ ਨੀ, ਬਹੁਤੇ ਪ੍ਰੂਫ ਜਿਹੇ ਸਬੂਤ ਜਿਹੇ ਮਿਲੇ ਨੀ। ਹੁਣ ਦੇਖੋ ਸਬੂਤ ਨਾ ਮਿਲਣ ਦਾ ਕਾਰਨ ਕੀ ਸੀ? ਤੁਸੀਂ ਮੰਨ ਸਕਦੇ ਹੋ ਕਿ ਦੇਸ਼ ਦੀ ਐਡੀ ਵੱਡੀ ਏਜੰਸੀ ਹੋਵੇ ਤੇ ਉਹ ਇਹ ਗੱਲ ਕਵੇ ਸਾਨੂੰ ਸਬੂਤ ਨੀ ਮਿਲੇ? ਜੇਕਰ ਲੱਭਣ ਤੇ ਆ ਜੇ ਤੇ ਕਿਹਦਾ ਐਡਰੈਸ ਨੀ ਲੱਭਿਆ ਜਾ ਸਕਦਾ? ਕਿਹਦੇ ਕੋਲ ਸਿਸਟਮ ਹੈ ਨੀ ਗਾ? ਇਹਨਾਂ ਕੋਲ ਤਾਂ ਸਾਰੇ ਸਿਸਟਮ ਵੀ ਵਧੀਆ ਆ। ਹੁਣ ਜੇਕਰ ਲੰਬੇ ਸਮੇਂ ਤੋਂ ਲਟਕਦੇ ਮਾਮਲੇ ਨੂੰ ਰਾਜਨੀਤਿਕ ਰੂਪ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ, ਹੁਣ ਖੱਟੜਾ ਹੁਣਾਂ ਨੂੰ ਸਾਈਡ ਤੇ ਕਰ ਦਿੱਤਾ, ਕਹਿੰਦੇ ਅਸੀਂ ਜਾਂਚ ਦੇ ਵਿੱਚ ਇਹਨਾਂ ਨੂੰ ਹਟਾਉਣਾ, ਪਰ ਹਟਾਉਣਾ ਕਿਉਂ? ਇਹ ਵੀ ਹੁਣ ਕਈ ਸਵਾਲ ਖੜੇ ਕਰ ਗਿਆ। ਹਟਾਉਣ ਦੀ ਕੋਸ਼ਿਸ਼ ਇਸ ਤੋਂ ਪਹਿਲਾਂ ਇੱਕ IPS ਅਧਿਕਾਰੀ ਵੀ ਸੀਗੇ, ਉਹਨਾਂ ਨੂੰ ਵੀ ਕੀਤੀ ਸੀਗੀ ਜੋ ਇਮਾਨਦਾਰ ਜੇ ਸੀ ਉਸ ਮਾਮਲੇ ਦੇ ਵਿੱਚ। ਕੀ ਇਹ ਮਾਮਲੇ ਨੂੰ ਉਲਝਾਇਆ ਜਾ ਰਿਹਾ ਜਾਣ ਬੁੱਝ ਕੇ ਜਾਂ ਫਿਰ ਇੱਥੇ ਸਿਆਸਤ ਹੋ ਰਹੀ ਹੈ? ਹੁਣ 2015 ਦੀ ਆਪਾਂ ਪਹਿਲਾਂ ਗੱਲ ਕਰ ਲਈਏ ਜਦੋਂ ਦਾ ਕੇਸ ਲਟਕਦਾ, ਉਸ ਵੇਲੇ ਕੇਂਦਰ ਸਰਕਾਰ ਦੇ ਵਿੱਚ ਵੀ ਸਰਕਾਰ ਭਾਜਪਾ ਦੀ ਸੀ ਤੇ ਪੰਜਾਬ ਦੇ ਵਿੱਚ ਗੱਠਜੋੜ ਵਾਲੀ ਸਰਕਾਰ ਸੀ, ਲੋਕਾਂ ਦਾ ਗੁੱਸਾ ਉਦੋਂ ਪੂਰਾ ਸਿਖਰਾਂ ਤੇ ਸੀ ਕਿਉਂਕਿ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਉਸ ਸਮੇਂ। ਹੁਣ ਜੇਕਰ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਤਾਂ ਲੋਕ ਇਨਸਾਫ਼ ਦੀ ਮੰਗ ਕਰ ਰਹੇ ਸੀ ਕਿ ਇਨਸਾਫ਼ ਜਲਦੀ ਜਲਦੀ ਕੀਤਾ ਜਾਵੇ, ਪਰ ਲੱਗਦਾ ਸੀ ਕਿ ਜਿਸ ਤਰ੍ਹਾਂ ਨਾਲ ਹਮੇਸ਼ਾ ਹੀ ਪੰਜਾਬ ਦੀ ਗੱਠਜੋੜ ਪਾਰਟੀ ਵੱਲੋਂ ਕਿਹਾ ਜਾਂਦਾ ਹੈ ਕਿ ਕਿਉਂਕਿ ਇੱਕ ਖਾਸ ਪਾਰਟੀ ਆ ਉਹ, ਹਰ ਵੇਲੇ ਸਰਵਉੱਚ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਤੇ ਉੱਥੇ ਵੀ ਉਹਨਾਂ ਦਾ ਆਉਣ ਜਾਣ ਪਾਰਟੀ ਦਾ ਪੂਰਾ ਬਣਿਆ ਹੁੰਦਾ,
ਲੱਗਦਾ ਸੀ ਕਿ ਮਾਮਲਾ ਉਧਰ ਨੂੰ ਵੀ ਜਾਊਗਾ, ਗੱਲ ਉਧਰ ਨੂੰ ਵੀ ਤੁਰੂਗੀ, ਜਥੇਦਾਰ ਹੁਣੇ ਵੀ ਇਸ ਮਾਮਲੇ ਵਿਚ ਤਕੜਾ ਜਿਹਾ ਨੋਟਿਸ ਲੈਣਗੇ, ਪਰ ਉਹ ਕੁਝ ਵੀ ਗੱਲਾਂ ਹੋਈਆਂ ਨੀ। ਹੁਣ ਇਹਦਾ ਕਾਰਨ ਕੀ ਸੀ? ਗੱਠਜੋੜ 9 ਮਾਸ ਦੇ ਰਿਸ਼ਤੇ ਨਿਭਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਸੀ ਜਾਂ ਫਿਰ ਅੱਗੇ ਚੋਣਾਂ ਦੀਆਂ ਸੀ ਕਿ ਸਾਡਾ ਕਿਤੇ ਵੋਟ ਬੈਂਕ ਨਾ ਹਿੱਲ ਜਾਵੇ? ਉਸ ਚੀਜ਼ ਦਾ ਅਸਰ ਹੋਇਆ ਵੀ, ਵੋਟ ਬੈਂਕ ਹਿੱਲੀ ਵੀ, ਉਸ ਚੀਜ਼ ਦਾ ਫਾਇਦਾ ਦੂਜੀ ਪਾਰਟੀ ਨੂੰ ਹੋਇਆ। ਹੁਣ ਜੇਕਰ ਦੂਜੀ ਪਾਰਟੀ ਨੂੰ ਹੋਇਆ, ਰੰਗ ਹੀ ਬਦਲੇ ਸੀ, ਕੰਮ ਤਾਂ ਨੀ ਬਦਲੇ। ਸਹੀ, ਰੰਗ ਬਦਲਣ ਨਾਲ ਤਾਂ ਕੁਛ ਨੀ ਹੋਇਆ। ਅਗਲਿਆਂ ਨੇ ਵਾਅਦਾ ਕੀਤਾ ਸੀ ਪਹਿਲੇ ਆਉਂਦਿਆਂ ਨੇ ਕਿ ਅਸੀਂ ਇੰਨੇ ਚਿਰ ਵਿਚ ਕੇਸ ਖਤਮ ਕਰਕੇ ਇਨਸਾਫ਼ ਦਵਾ ਦਾਂਗੇ। ਇੱਕ ਸਾਲ ਦਾ ਸਮਾਂ ਰਹਿ ਗਿਆ, ਵੱਧ ਤੋਂ ਵੱਧ ਡੇਢ ਰਹਿ ਗਿਆ ਹੋਊਗਾ, ਕਿਉਂਕਿ ਚੋਣ ਜਾਬਤਾ ਪਹਿਲਾਂ ਲੱਗ ਜਾਂਦਾ ਹੁੰਦਾ। ਪਰ ਉਹਦੇ ਵਿਚ ਵੀ ਮਾਮਲਾ ਨੀ ਪੂਰਾ ਹੁੰਦਾ। ਪਰ ਹੁਣ ਇਹ ਗੱਲ ਉੱਠੀ ਜ਼ਰੂਰ ਆ ਕਿ CBI, ਕਿਉਂਕਿ ਕਿਸੇ ਨੇ ਪਟੀਸ਼ਨ ਪਾਈ ਸੀ ਇਹ ਹਾਈਕੋਰਟ ਦੀ, ਹੁਣ ਹਾਈਕੋਰਟ ਨੇ ਪੰਜਾਬ ਹਰਿਆਣਾ ਹਾਈਕੋਰਟ ਨੇ ਵਿਚ ਦਖਲ ਅੰਦਾਜ਼ੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਜੋ ਵੀ ਦਸਤਾਵੇਜ਼ ਨੇ CBI ਤੋਂ ਲੈ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਜਾਣ ਤੇ ਪੰਜਾਬ ਪੁਲਿਸ ਇਸ ਮਾਮਲੇ ਦੀ ਕਾਰਵਾਈ ਕਰੇ। ਤੇ ਮੁੱਖ ਮੰਤਰੀ ਹੋਣਾ ਨੇ ਵੀ ਭਰੋਸਾ ਦਿੱਤਾ 2 ਦਿਨ ਪਹਿਲਾਂ ਕਿ ਅਸੀਂ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਉਣਾ ਚਾਹੁੰਦੇ ਹਾਂ, ਲੋਕਾਂ ਦੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਪਰ ਖਟੜਾ ਹੋਣਾ ਨੂੰ ਇਸ ਜਾਂਚ ਤੋਂ ਪਿੱਛੇ ਕਿਉਂ ਕੀਤਾ, ਇਹ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਸਵਾਲ ਹੈ, ਕਿਉਂਕਿ ਹੋ ਸਕਦਾ ਕਿ ਉਨ੍ਹਾਂ ਦੇ ਹੱਥ ਵੀ ਬਹੁਤ ਕੁਛ ਲੱਗ ਗਿਆ ਸੀ ਤੇ ਆਉਣ ਵਾਲੇ ਦਿਨਾਂ ਵਿਚ ਕਈ ਏਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਤਿਆਰ ਸੀ, ਦਸਤਾਵੇਜ਼ ਤਿਆਰ ਸੀ, ਫਾਈਲ ਤਿਆਰ ਸੀ, ਬਸ ਅੱਗੇ ਵੱਲ ਲੈ ਕੇ ਜਾਣੇ ਸੀ। ਪਰ ਇਹ ਲੱਗਦਾ ਕਿ ਮਾਮਲਾ 6-7 ਮਹੀਨੇ ਹੋਰ ਲਟਕਾਉਣਾ ਚਾਹੁੰਦੇ ਨੇ। ਜੇਕਰ 6-7 ਮਹੀਨੇ ਹੋਰ ਲੜ, ਵੈਸੇ ਤਾਂ ਸੁਪਰੀਮ ਕੋਰਟ ਵਿਚ ਵੀ ਕੋਈ ਪਟੀਸ਼ਨ ਪਾ ਸਕਦਾ ਉੱਠ ਕੇ ਕਿ ਜਾਂਚ CBI ਤੋਂ ਵਾਪਸ ਕਿਉਂ ਲਈ ਜਾ ਰਹੀ ਆ, ਕਿਉਂਕਿ ਪਹਿਲਾਂ ਸੌਂਪੀ ਕਿਉਂ ਸੀ ਤੇ ਕਈ ਪਟੀਸ਼ਨਾਂ ਉੱਥੇ ਪਹਿਲਾਂ ਵੀ ਤਾਂ ਪਈਆਂ ਹੀ ਆ, ਉਹਨੂੰ ਵੀ 5-6 ਮਹੀਨੇ ਲੱਗ ਸਕਦੇ ਆ। ਜੇ ਲੱਗ ਸਕਦੇ ਆ ਤੇ ਇਹਦਾ ਮਤਲਬ ਜਾਂਚ ਲਟਕਾਈ ਜਾ ਸਕਦੀ ਆ, ਜਦ ਨੂੰ ਚੋਣ ਜਾਬਤਾ ਲੱਗ ਜਾਣ ਤਾਂ ਫੇਰ ਅਗਲੀ ਸਰਕਾਰ ਵੱਲ ਗੱਲ ਤੁਰ ਜਾਣੀ ਆ। ਅਗਲੀ ਸਰਕਾਰ ਕਿਹੜੀ ਆਉਣੀ ਆ ਇਹ ਅਜੇ ਤੱਕ ਪਤਾ ਨੀ, ਤੇ ਇਹ ਆ ਕਿ ਮਾਮਲਾ ਜ਼ਰੂਰ ਲੱਗ ਸਕਦਾ ਜਾਂ ਲਟਕਾਇਆ ਜਾ ਸਕਦਾ। ਜੀ ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਨਵਜੀਤ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ। ਨਵਜੀਤ ਸਿੰਘ ਆਪਣੇ ਨਾਲ ਸ਼ਾਮਲ ਸੀਗੇ ਜੀ, ਔਰ ਗੱਲਬਾਤ ਆਪਾਂ ਸੁਣ ਰਹੇ ਸੀ। ਹੁਣ ਬ੍ਰੇਕ ਤੋਂ ਬਾਅਦ ਅੱਗੇ ਚੱਲਦੇ ਹਾਂ।